अर्जन दास ਨੂੰ ਕੱਢ ਕੇ ਬਾਹਰ ਲਿਆਏ ਤੇ ਉਹਨੇ ਆਖਿਆ ਉਹਨੇ ਇਸ ਨੂੰ ਜਿਹੜਾ ਵੱਢੋ ਤੇ ਉਹਦੇ ਸੋਨੇ ਦੇ ਕੜੇ ਪਾਏ ਹੋਏ ਹਨ ਕੰਠੀਆਂ ਪਾਈਆਂ ਹੋਈਆਂ ਇੱਥੇ ਅਤੇ ਬਈ ਇਸ ਨੂੰ ਜਿਹੜਾ ਨਾ ਬਾਹਰ ਲਿਆ ਅਤੇ ਚੌਕ ਦੇ ਵਿੱਚ ਉਹਨਾਂ ਹੱਥ ਵੱਢ ਕੇ ਉਹ ਘੱਲਾ ਕੇ ਅਤੇ ਬੋਟੀ ਬੋਟੀ ਕਰਕੇ ਉਹਨਾਂ ਆ ਗਿਆ ਮੁਸਲਮਾਨ ਬਣ ਜਾ ਮੁਸਲਮਾਨ ਨਹੀਂ ਬਣਨਾ ਚਾਹ ਮਾਰ ਦਿਓ ਮੈਂ ਮੁਸਲਮਾਨ ਨਹੀਂ ਬਣਨਾ ਮੇਰੀ ਮਾਂ ਜਿਹੜੀ ਹੈ ਇੱਥੇ ਪਹੁੰਚਿਆ ਕਿ ਆਪਣੀਆਂ ਵਾਲੀਆਂ ਅਤੇ ਉਹ ਕੁਝ ਲੁਕਾ ਕੇ ਰੱਖੀਆਂ ਹੋਈਆਂ ਸੀਤੀਆਂ ਹੋਈਆਂ ਉਹ ਮੇਰੇ ਬਾਬੇ ਨਾਲ ਦੀ ਹੈ ਇਹ ਵਾਲੀਆਂ ਨੇ ਇਹ ਵੇਚ ਕੇ ਅਤੇ ਕੋਈ ਆਟਾ ਲਿਆਓ ਠੀਕ ਹੈ ਭੁੱਖ ਮਿੱਟੇ ਉਹ ਹੁਣ ਜਿਹੜੀਆਂ ਦੋ ਵਾਲੀਆਂ ਜੋ ਛਾਪਾਂ ਜਿਸ਼ ਆਈ ਉਹ ਦਿੱਤੀ ਉਹ ਲੈ ਗਏ ਅਤੇ ਪਠਾਨ ਵਿੱਚ ਇਹਦੇ ਬੈਠੇ ਹਨ ਬਾਹਰ ਆਟਾ ਛਾਟਾ ਠੀਕ ਹੈ ਗਿਓ ਆਟਾ ਗੁੜ ਜੋ ਹੁਣ ਮੇਰੇ ਬਾਬੇ ਇੱਕ ਤੋਲੇ ਸੋਨੇ ਦੇ ਬਦਲੇ ਇੱਕ ਸ਼ੇਰ ਆਟਾ ਲਿਆ ਇੱਕ ਤੋਲੇ ਸੋਨੇ ਦੇ ਬਦਲੇ ਇੱਕ ਸ਼ੇਰ ਆਟਾ ਮਜਬੂਰੀ ਹੈ ਸਾਡੇ ਪਿੱਛੋਂ ਪਠਾਨ ਲੱਗੇ ਮੁਸਲਮਾਨ ਲੱਗੇ ਹੋਏ ਹਨ ਸਿਆਲ ਆਮੂ ਸਿਆਲ ਆ ਗਿਆ ਉਹਦਾ ਨਾਂ ਆਮੂ ਸਿਆਲ ਉਹ ਬੜਾ ਖਤਰਨਾਕ ਆ ਗਿਆ ਉਹਦਾ ਹਿੰਦੂ ਬਚ ਕੇ ਨਹੀਂ ਜਾਣਾ ਚਾਹੀਦਾ ਅੱਛਾ ਰੌਲਾ ਪੈ ਗਿਆ ਮਾਰਦਾੜ ਹੋ ਗਈ ਮਾਰਦਾੜ ਇਤਨੀ ਹੋਈ ਕਿ ਉਹਨਾਂ ਮੁਸਲਮਾਨਾਂ ਜਿਹੜਾ ਇਕੱਠਾ ਹੋ ਕੇ ਸਲਿਆਣੇ 'ਚ ਸੁਨਾਰੇ ਬੈਠੇ ਹਨ ਸੁਨਾਰੇ ਠੀਕ ਹੈ ਪੈਸੇ ਵਾਲੇ ਸੋਨੇ ਚਾਂਦੀ ਵਾਲੇ ਅਤੇ ਬਾਕੀ ਸਾਰੇ ਉੱਥੇ ਇਕੱਠੇ ਹੋ ਗਏ ਸੁੱਕੇ ਵਾਲੇ ਵੀ ਉਹਨਾਂ ਆਖਿਆ ਮੌਕਾ ਉਹਨਾਂ ਗੁਰਦੁਆਰਾ ਆਏ ਗੁਰਦੁਆਰੇ ਦੇ ਵਿੱਚ ਮੰਜੀਆਂ ਡਾਹ ਦੇ ਉੱਥੇ ਇਕੱਠ ਕੇ ਅਸੀਂ ਤੁਹਾਨੂੰ ਦੱਸਦੇ ਕੁਝ ਨਹੀਂ ਆਖੇ ਤਾਂ ਕੋਈ ਨਹੀਂ ਸਾਨੂੰ ਜੈਸ਼ਾ ਹੈ ਤੁਸੀਂ ਸੋਨਾ ਚਾਂਦੀ ਜਿਹੜਾ ਹੱਥ ਦਾ ਮਾਲ ਦੇ ਛੋੜੋ ਅਤੇ ਅਸੀਂ ਵਾਪਸ ਆਏ ਅੱਛਾ ਉਹਨਾਂ ਫਿਰ ਉੱਥੇ ਸੁਨਾਰਿਆਂ ਕੋਲ ਸੋਨਾ ਕਢਾਇਆ ਜਿਹੜਾ ਬਾਕੀਆਂ ਕੋਲ ਉਹ ਹੱਥਾਂ ਦੇ ਗਾਨਾਂ ਦੇ ਸਾਰੇ ਲਾ ਕੇ ਦਿੱਤੇ ਉੱਥੇ ਡੇਰੀ ਲੱਗ ਗਈ ਜੀ ਸੋਨਿਆਂ ਦੀ ਇਹ ਤਾਂ ਲੈ ਗਏ ਜਿਹੜੇ ਵੱਡੇ ਵੱਡੇ ਮੌਜੂਜ ਆਦਮੀਆਂ ਨੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਅਤੇ ਜਿਹੜੇ ਬਾਕੀ ਲੜਨ ਵਾਲੇ ਹਨ ਉਹਨਾਂ ਨਾਲ ਇਹਨਾਂ ਨੂੰ ਲੁੱਟ ਲਓ ਅੱਛਾ ਜੀ ਇਹਨਾਂ ਨੂੰ ਲੁੱਟ ਲਓ ਜੈਸ਼ਾ ਇਹਨਾਂ ਦੇ ਕੋਲ ਲੈ ਲਓ ਉੱਥੇ ਫਿਰ ਉਹਨਾਂ ਵੱਢ ਕੱਟ ਸ਼ੁਰੂ ਕਰ ਦਿੱਤੀ ਠੀਕ ਹੈ ਹੁਣ ਮੈਂ ਛੋਟਾ ਜਿਹਾ ਮੂੰਹ ਸਾਡੇ ਨਾਨਾ ਕਿਦਾਏ ਗਿਆ ਮੇਰਾ ਮਾਮਾ ਕਿਦਾਏ ਗਿਆ ਨਾਨੀ ਕਿਦਾਏ ਜਿੱਥੇ ਜਿੱਥੇ ਜਿਸ ਧਾਰ ਮਿਲੀ ਮੈਂ ਇੱਕ ਜਗ੍ਹਾ 'ਤੇ ਲੁੱਕ ਗਿਆ ਉੱਥੇ ਹੋਰ ਲੁਕੇ ਹੋਏ ਹਨ ਜਨਾਨੀਆਂ ਹਨ ਆਦਮੀ ਹਨ ਹੁਣ ਇੱਕ ਹਿੰਦੂ ਸੁਨਾਰਾ ਆਇਆ ਉਹ ਆਖਦਾ ਬਈ ਬਚਣਾ ਹੈ ਨਾ ਤਾਂ ਇੱਕ ਕੰਮ ਕਰੋ ਜਿਹੜੀ ਤੁਹਾਡੀ ਕੰਨਾਂ ਦੀ ਵਾਲੀਆਂ ਨਾ ਇਹ ਲਾ ਕੇ ਦਿਓ ਜਾਂਗੀ 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 ਜਲਾਰ ਪਈ ਵਾਂਦੀ ਜੋ ਪੈ ਸੁੱਕਦੇ ਅਤੇ ਕਣਕ ਪਈ ਗਾਂਦੀ ਹਿੰਦੁਸਤਾਨ ਜ਼ਿੰਦਾਬਾਦ ਪਾਕਿਸਤਾਨ ਮਿਲਦਾ ਨਾਰਾ ਮਾਰੋ ਜ਼ੋਰ ਦਾ ਜਿਨਾ ਕੁੱਤਾ ਚੋਰ ਦਾ ਸਭ ਕੁਛ ਬਹੁਤ ਅੱਛਾ ਅੱਛਾ ਹੈ ਪਿਆ ਬਹੁਤ ਬੀਤਦਾ ਪਿਆ ਬਹੁਤ ਫਿਰ ਅਚਾਨਕ ਕਦਨ ਉਹ ਚਿੰਗਾਰੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਨਵਾਂ ਕਿੱਸਾ ਸੁਣਾਉਣਾ ਸੁਣਾਓ ਜਿਹੜੇ ਸਾਡੇ ਸਾਜੀ ਹਨ ਨਾ ਹਾਂਜੀ ਇੱਕ ਦਾ ਨਾਂ ਹੀ ਸੁੱਲੂ ਅਤੇ ਇੱਕ ਦਾ ਹਾਈ ਅਹਿਮਦਾ ਹਾਂ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਨਾ ਜੋ ਸਾਡੇ ਖੇਤੀ ਕਰਦੇ ਹਨ ਰਾਖ ਜੀ ਰਾਖ ਹਾਂ ਅਤੇ ਸਾਡੇ ਵੱਡੇ ਜਿਹੜੇ ਹਨ ਉਹ ਅਸੀਂ ਗੁਲਾਬ ਦੇ ਫੁੱਲ ਗੁੱਡੇ ਹੋਏ ਹਨ ਠੀਕ ਉਹ ਫੁੱਲ ਤੋੜ ਕੇ ਲਿਆਉਂਦੇ ਹਨ ਅਤੇ ਅਸੀਂ ਉਹਨਾਂ ਦਾ ਗੁਲਕੰਦ ਬਣਾਉਂਦੇ ਹਨ ਸਾਡੇ ਦਾਦਾ ਜੀ ਗੁਲਕੰਦ ਬਣਾ ਕੇ ਮੁਫਤ ਵੰਡਣਾ ਅਤੇ ਮੁਫਤ ਦੇਵਣਾ ਅਤੇ ਮੁਫਤ ਖਾਵਣਾ ਵਰਤਣਾ ਹੁਣ ਇੱਕ ਦਿਹਾੜੇ ਉਹ ਦਿਨ ਦੋਨੋਂ ਬਿਰਾਹ ਯਾਨੀ ਮਿਸ਼ਰ ਜੀ ਪੰਡਿਤ ਜੀ ਤੁਸੀਂ ਗੁਲਕੰਦ ਲੋਕਾਂ ਨੂੰ ਤਾਂ ਖਵਾਈਂਦੇ ਹੋ ਕਦੀ ਸਾਨੂੰ ਬਣਾ ਕੇ ਦਿਓ ਨਾ ਅਸੀਂ ਵੇਖੀ ਉਹਨਾਂ ਕਿਹਾ ਤੁਸੀਂ ਬਾਗ ਲਿਆਓ ਫੁੱਲ ਗੁਲਾਬਾਂ ਦੇ ਤੋੜ ਕੇ ਤੁਹਾਨੂੰ ਬਣਾ ਦਿੰਦੇ ਹਾਂ ਉਹ ਜੀ ਲੈ ਫੁੱਲ ਤੋੜ ਕੇ ਕਿਲੋ ਆਏ ਡੇਢ ਕਿਲੋ ਆਏ ਜਿਤਨੇ ਹਨ ਫੁੱਲ ਤੋੜ ਕੇ ਲਾਏ ਉਹਨਾਂ ਨੂੰ ਦੁੱਧ ਆ ਕੇ ਉਹਨਾਂ 'ਚ ਮਿਸ਼ਰੀ ਕੁੱਟ ਕੇ ਰਗੜ ਕੇ ਮਿਸ਼ਰੀ ਪੈਂਦੇ ਹਨ ਖੰਡ ਦੀ ਜਗ੍ਹਾ 'ਤੇ ਮਿਸ਼ਰੀ ਮਿਸ਼ਰੀ ਪਾ ਪੂ ਕੇ ਉਹਨਾਂ ਨੇ ਆ ਕੇ ਲੋਟਾ ਲਿਆਓ ਉਹ ਲੋਟਾ ਨਵਾਂ ਕੋਰਾ ਲਿਆਏ ਉਹਨਾਂ 'ਚ ਭਰ ਕੇ ਦੇ ਦਿੱਤਾ ਉਹਨਾਂ ਆਖਿਆ ਬਈ ਹੁਣ ਚੌਥੇ ਪੰਜਵੇਂ ਦਿਹਾੜੇ ਤਿਆਰ ਹੋ ਸੀ ਅਤੇ ਆ ਕੇ ਲੈ ਜਾਣਾ ਠੀਕ ਹੋ ਗਿਆ ਉਹ ਹੁਣ ਚੌਥੇ ਪੰਜਵੇਂ ਦਿਹਾੜੇ ਦੋ ਹੀ ਬਿਰਾ ਆ ਗਏ ਆਉਂਦੇ ਤਾਂ ਅੱਗੇ ਹੀ ਹਨ ਅਤੇ ਮਿਸ਼ਰ ਸਾਡੇ ਤਿਆਰ ਹੋ ਗਿਆ ਸਾਡੇ ਵੱਡਿਆਂ ਨੂੰ ਸੱਦੇ ਮਿਸ਼ਰ ਜੀ ਅੱਛਾ ਅਤੇ ਪਿਆਰ ਨਾਲ ਅਤੇ ਉਹਨਾਂ ਆਖਿਆ ਹਾਂ ਬਈ ਤੁਹਾਡਾ ਗੁਲਕੰਦ ਬਣ ਗਿਆ ਜਾਣੀ ਵਿਖਾਓ ਤਾਂ ਸਹੀ ਬਸ ਉਹ ਕੱਢ ਕੇ ਲਿਆਏ ਸ਼ਾਮ ਦਾ ਟਾਈਮ ਆਈ ਉਹ ਬੈਠ ਬੈਠੇ ਹਨ ਜਿਵੇਂ ਬੰਦੇ ਮੰਜੇ ਦੇ ਨਹੀਂ ਤਲੇ ਬੈਠੇ ਮੰਜੇ ਦੇ ਉਹਨਾਂ ਨੂੰ ਬੰਦੇ ਉਹ ਲਿਆਏ ਅਤੇ ਮੇਰੇ ਬਾਬੇ ਆਖਿਆ ਇਹ ਲੈ ਲਓ
ਇਸ ਨੂੰ ਥੋੜ੍ਹਾ ਥੋੜ੍ਹਾ ਲਵਣਾ, ਜ਼ਿਆਦਾ ਨਾ ਲਵਣਾ, ਅਤੇ ਪੇਟ 'ਚ ਚੱਲ ਪੈਂਦਾ ਠੀਕ ਹੈ। ਅੱਛਾ ਜਾਣਾ ਹਾਂ, ਜਾਣੇ ਥੋੜ੍ਹਾ ਜਿਹਾ ਮਿਸ਼ਰ ਜੀ ਵਿਖਾਓ ਤਾਂ ਸਹੀ। ਉਹ ਹੇਕ ਬਿਰਾ ਲਿਆ ਹੱਥ 'ਤੇ, ਉਸ ਖਾਧਾ, ਉਹਨੂੰ ਲੱਗਾ ਚੰਗਾ, ਉਹ ਤੁਹਾਡਾ ਚੋਣ, ਚੋਣ ਮਾਨਾ ਚੰਗਾ, ਅੱਛਾ 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 ਮਿਸ਼ਰ ਜੀ ਚੋਣ, ਉਹ ਆਪਦਾ ਵਲੀਆ ਬਿਰਾ, ਉਹ ਆਪਦਾ ਆਮੂ ਬਿਰਾ ਚੋਣ, ਜਾਣੇ ਮੈਨੂੰ ਵੀ ਖਾ, ਉਹ ਅਸੀਂ ਵੇਖਿਆ ਉਹਦਾ ਆਮੂ ਬਿਰਾ, ਉਹ ਆਪਦਾ ਵਲੀਆ ਬਿਰਾ, ਜਾਣੇ ਚੋਣ, ਉਹ ਚੋਣ ਚੋਣ ਕਰਿਆ ਜਾਂਦੇ। ਹੁਣ ਹੁਣ ਇਹ ਮਿਸ਼ਰ ਜੀ ਸਾਨੂੰ ਦੇ ਦਿਓ, ਉਹਨਾਂ ਲੋਟਾ ਲੈ ਲਿਆ ਆਪਣੇ ਹੱਥੇ 'ਚ, ਉੱਥਾਂ ਹੀ ਚੋਣ ਚੋਣ ਕਰਿੰਦੇ ਆ, ਸਾਰੇ ਖਾ ਗਏ, ਵਲੀਆ ਸਾਰਾ ਖਤਮ ਕਰ ਗਿਆ। ਠੀਕ ਹੈ। ਹੁਣ ਸਾਡੇ ਦਾਦਾ ਜੀ ਆਏ, ਪੁੱਛੋ ਨੇ ਉਹ ਬਾਈ ਕਿੱਥੇ ਲੋਟਾ ਲੈ ਲਿਆ, ਨਾ ਤੂੰ ਜਲ ਲੋਟਾ ਖਾਲੀ ਹੋਇਆ ਪਿਆ, ਅਸੀਂ ਤਾਂ ਖਾ ਗਏ ਸਰ। ਅੱਛਾ, ਜਿਹਨੂੰ ਸਾਰਾ ਖਾ ਗਏ ਹੋ ਜਾਣੇ, ਹਾਂ ਜਾਣੇ ਸਾਨੂੰ ਤਾਂ ਚੋਣ ਲੱਗਾ, ਚੰਗਾ ਲੱਗਾ, ਵਲੀਆ ਬਿਰਾ ਅਤੇ ਅੰਬ ਬਿਰਾ ਚੋਣ ਚੋਣ ਕਰਕੇ ਉਹ ਸਾਰਾ ਖਾ ਗਏ। ਇਤਨੇ ਮਸਤ ਮੌਲਾ ਉਸ ਜ਼ਮਾਨੇ ਦੀ ਗੱਲ ਕਰਦਾ ਪਿਆ। ਤੀਜੇ ਲਈ ਇਤਨਾ ਸਭ ਕੁਛ ਹਾਈ ਪਿਆ, ਇਹ ਤਾਂ ਪਿਆਰ ਵੀ ਹਾਈ ਪਿਆ, ਰਿਸਪੈਕਟ ਵੀ ਹਾਈ ਪਈ, ਸਭ ਕੁਛ ਹਾਈ, ਤਾਂ ਫਿਰ ਇਹ ਨਫ਼ਰਤਾਂ ਕਿਵੇਂ ਆਈਆਂ ਅਤੇ ਕਿਵੇਂ ਇਹ ਚਿੰਗਾਰੀ ਫੁੱਟੀ ਅਤੇ ਕਿਵੇਂ ਤੁਹਾਨੂੰ ਦਿੱਕਤਾਂ ਹੋਈਆਂ ਅਤੇ ਕਿਵੇਂ ਨਿਕਲੇ? ਇਹ ਜੀ ਹੁਣ ਗੱਲ ਸੁਣੋ, ਸਾਡੇ ਨਾਲ ਲੱਗਦਾ ਹੈ ਜੰਗ, ਠੀਕ ਜੰਗ ਮੈਂ ਜਾਣਾ, ਠੀਕ ਹੈ। ਉੱਥੋਂ ਸਾਡੇ ਗਾਮ ਦੇ ਖੀਥੇ ਹਨ, ਮਲਕ ਸਟਿੰਦੇ ਆ, ਠੀਕ ਹੈ, ਉਹ ਜੰਗ 'ਚ ਉਹਨਾਂ ਹੀ ਮਕਾਨ ਬਣਾਏ ਹੋਏ ਆ, ਠੀਕ ਹੈ। ਉੱਥੇ ਉਹ ਗਏ ਅਤੇ ਉੱਥੋਂ ਜਿਵੇਂ ਅਖਬਾਰ ਲਿਆਉਂਦੇ ਹਨ, ਉਸ ਵੇਲੇ ਅਖਬਾਰ ਹੁੰਦੇ ਮਿਲਾਪ, ਹਾਂਜੀ, ਅਤੇ ਪ੍ਰਤਾਪ, ਪ੍ਰਤਾਪ, ਹਾਂ, ਇਹ ਉਹ ਉਰਦੂ ਜੀ ਆਉਂਦੀਆਂ ਹਨ। ਅਸੀਂ ਤਾਂ ਉਰਦੂ ਜਾਣਦੇ, ਮੈਂ ਅਸੀਂ ਛੋਟੇ ਛੋਟੇ ਆਸੇ, ਉਹ ਸਾਡੇ ਡੇਢੀ 'ਚ ਲਾ ਕੇ ਉਹ ਪੜ੍ਹਦੇ ਹਨ। ਉਹਨਾਂ ਅਖਬਾਰਾਂ 'ਚ ਲਿਖਿਆ ਹੁੰਦਾ ਹਿੰਦੁਸਤਾਨ ਅਤੇ ਪਾਕਿਸਤਾਨ ਬਣਨਾ ਹੈ। ਹੁਣ ਸਾਡੇ ਦਾਦਾ ਜਦੋਂ ਜਿਉਂਦੇ ਹਨ, ਉਹਨਾਂ ਆਖਿਆ ਕੀ ਬਣਨਾ? ਹਿੰਦੁਸਤਾਨ ਅਤੇ ਪਾਕਿਸਤਾਨ। ਬਣਾਉਣ ਵਾਲੇ ਕੌਣ ਹੈ? ਜਿਨਾਹ ਵੀ ਹੈ, ਗਾਂਧੀ ਵੀ ਹੈ, ਨਹਿਰੂ ਵੀ ਹੈ, ਅਤੇ ਲਾਲ ਮੋਹਨ ਬੇਟਨ ਹੀ ਹੈ। ਉਸ ਅਗਰ ਬਾਈ ਸੁਣੋ ਬਾਈ, ਅਗਰ ਇਹ ਗਣਨਾ ਨਾ ਤਾਂ ਵਸਾਵਾਂ ਟੁੱਟਣਾ ਅਤੇ ਖੂਹ ਦੀਆਂ ਮਾਲਾਂ ਜਿਹੜੀਆਂ ਟੁੱਟ ਜਾਣੀਆਂ। ਅੱਛਾ, ਵਸਾਵਾਂ ਖੂਹ ਜੇ ਰਹਿਟ ਹੁੰਦੇ ਨਾ ਖੂਹ, ਉਹਨਾਂ ਉਹਦੇ ਮਾਲਾਂ ਲੱਗੀਆਂ ਹੋਈਆਂ, ਲੋਟੇ ਲੱਗੇ ਹੋਏ ਹੁੰਦੇ, ਉਹਨਾਂ ਦਾ ਪਾਣੀ ਚੁਕਿੰਦੇ ਹਨ। ਬਿਲਕੁਲ। ਇਹ ਗਾਦੀ ਜਿਹੜੀ ਹੈ ਛੁੱਟਣੀ ਹੈ, ਅਤੇ ਗਾਦੀ ਨੇ ਸਾਰੇ ਪਿੱਛੋਂ ਵੱਜਣੀ ਹੈ, ਸਾਰਿਆਂ ਦੇ ਪੈਰ ਗੋਡੇ ਟੁੱਟ ਪੈਂਦੇ। ਇਹ ਸਾਡੇ ਬਾਬੇ ਦੀ ਕਲਪਨਾ, ਦਾਦੇ ਦੀ ਕਲਪਨਾ, ਪੜਦਾਦੇ ਦੀ ਕਲਪਨਾ, ਅਤੇ ਉਹ ਗੱਲ ਬਣੀ। ਗਾਂਧੀ ਨੂੰ ਤਾਂ ਗਾਂਧੀ ਦੇ ਗਾਦੀ ਆਈ, ਗਾਦੀ ਨੂੰ ਗਾਂਧੀ ਬਣਾਇਆ, ਵਸਾਵਾਂ ਬਣਾ, ਖਟਕਾ ਖਟਕਾ ਖਟ ਖਟ ਕਰਦਾ ਨਾ, ਉਹ ਜਿਹੜਾ ਹਿੱਕੇ ਮਣੇ ਸੰਤੁਲਨ ਬਰਾਬਰ ਰਹਿੰਦਾ, ਦੂਜੇ ਮਣੇ ਉਲਟਾ ਨਾ ਚੱਲੇ, ਉਹ ਖਟਕਾ ਜਿਨਾਹ ਨੂੰ ਬਣਾ, ਖਟਕਾ ਇਹ ਖਟਕਾ ਇਹ ਹਟ ਗਿਆ, ਅਤੇ ਨਹਿਰੂ ਨੂੰ ਬਣਾ ਛੋੜੋ ਜਿਹੜੇ ਲੋਟੇ, ਪਰਜਾ ਬਣਾ ਛੋੜੀ ਲੋਟੇ, ਉਹ ਜਿਹੜੇ ਗਾਂਧੀ ਟੁੱਟੀ ਬੈਲ ਛੁੱਟੇ, ਉਹ ਸਾਰੀ ਉਲਟੀ ਵੱਜਦੀ ਹੈ, ਠੀਕ ਹੈ। ਇੱਕ ਮਣੇ ਵਜ਼ਨ ਹੁੰਦਾ, ਇੱਕ ਮਣੇ ਕੁਝ ਨਹੀਂ ਹੁੰਦਾ, ਉਹ ਸਾਰਿਆਂ ਦੇ ਲੱਤ ਗੋਡੇ ਤੁੜੇਂਦੀ, ਉਹ ਪਾਕਿਸਤਾਨ ਅਤੇ ਹਿੰਦੁਸਤਾਨ ਬਣੇ। ਇਹ ਮਿਸਾਲ ਸਾਡੇ ਪੜਦਾਦੇ ਦੀ ਆਈ ਪਈ, ਉਹਨਾਂ ਦੀ ਪਰਿਕਲਪਨਾ ਆਈ, ਪਰਿਕਲਪਨਾ ਆਈ, ਇਹ ਵਸਾਵਾਂ ਖੁੱਲ੍ਹਣਾ, ਜਿਨਾਹ ਜਿਹੜੇ ਰੁਸਣਾ, ਅਤੇ ਸਾਰੇ ਸਾਡੇ ਗੋਡੇ ਲੋਟੇ ਲੱਤ ਗੋਡੇ ਸਾਰਿਆਂ ਦੇ ਵੱਜ ਜਾਣ। ਅੱਛਾ, ਇਹ ਉਹਨਾਂ ਦੀ ਕਲਪਨਾ ਆਈ, ਅਤੇ ਉਹ ਕਲਪਨਾ ਫਿਰ ਸਾਲ ਦੋ ਸਾਲ ਬਾਅਦ ਸੱਚੀ ਹੋ ਗਈ। ਅੱਛਾ, ਮਤਲਬ ਤੁਸੀਂ 2 ਸਾਲ ਪਹਿਲੇ ਦੀ ਗੱਲ ਦੱਸਦੇ ਪਿਓ, ਜਿਸ ਟਾਈਮ ਉਹ ਅਖਬਾਰਾਂ 'ਚ ਆਉਣਾ ਸ਼ੁਰੂ ਹੋ ਗਿਆ? ਹਾਂ, ਸ਼ੁਰੂ ਹੋ ਗਿਆ ਏ, ਅਤੇ ਉਸ ਤੋਂ ਪਹਿਲੇ ਦੀ ਗੱਲ ਕਰ ਰਿਹਾ ਬਈ ਇਹ ਕੰਮ ਹੋਣਾ, ਅਤੇ ਉਹ ਕੰਮ ਹੋ ਗਿਆ। ਸਾਡਾ ਦਾਦਾ ਜੀ ਤਾਂ ਗੁਜ਼ਰ ਗਏ, ਪੜਦਾਦਾ, ਹਾਂ ਉਥਾਂ ਹੀ ਗੁਜ਼ਰ ਗਏ, ਹਾਂ ਪੜਦਾਦਾ ਗੁਜ਼ਰ ਗਏ। ਉਹਨਾਂ ਦੇ ਮੈਂ ਨਾਲ ਹੀ ਗਿਆ, ਉਹਨਾਂ ਦੀ ਸੱਟ 'ਤੇ ਗਿਆ, ਨਾਲ ਜਲਾਵਣ ਲੈ ਗਿਆ ਜਿਵੇਂ ਜਿਵੇਂ, ਅਤੇ ਮੇਰੇ ਪਿਤਾ ਜੀ ਅਸੀਂ ਖੇਡਦੇ ਵਧਿਆ ਸੀ, ਸ਼ਾਮ ਦਾ ਟਾਈਮ ਆਏ, ਪਿਤਾ ਜੀ ਪਿੱਤਲ ਦੀ ਬਾਲਟੀ ਆਈ, ਉਹ ਭਰ ਕੇ ਪਾਣੀ ਦੇ ਜਾਏ। ਮੈਂ ਕਿਹਾ ਸਾਡੇ ਪਿਤਾ ਜੀ ਅੱਜ ਤਾਂ ਬਾਲਟੀ ਕਦੀ ਪਾਣੀ ਕਿਵੇਂ ਲਈ ਪੈਂਦਾ? ਅੱਗੋਂ ਵੇਖਿਆ ਆਦਮੀ ਕਾਫੀ ਇਕੱਠੇ ਹੋਏ ਹੋਏ ਹਨ, ਬਈ ਪੰਡਿਤ ਜੀ ਮਿਸ਼ਰ ਜੀ ਗੁਜ਼ਰਨ, ਪੜਦਾਦਾ ਆਈ, ਉਹਨਾਂ ਦੀ ਉਮਰ ਆਈ ਅਸੀਂ 90 ਸਾਲ 95 ਸਾਲ ਦੀ ਉਮਰ ਆਈ। ਉਹ ਫਿਰ ਵੇਖਿਆ ਬਾਈ ਉਹਨਾਂ ਦੇ ਨਾਲ ਮੈਂ ਹੀ ਗਿਓ। ਅੱਛਾ, ਰਿਸ਼ਤੇਦਾਰ ਆ ਗਏ ਸਾਡੇ, ਮੈਂ ਉਹਨਾਂ ਨੂੰ ਵੇਖਿਆ ਹੋਇਆ। ਹੋਰ ਜੰਗ ਹੀ ਜਿਹੜੇ ਜੰਗ ਜ਼ਿਲ੍ਹਾ ਹੈ ਨਾ, ਉਹ ਇਤਨੇ ਮਸਤ ਮਲੰਗ ਹਨ, ਜਾਂਗੀ 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 ਜਲਾਰ ਪਈ ਵਾਂਦੀ, ਜੋ ਪੈ ਸੁੱਕਦੇ ਅਤੇ ਕਣਕ ਪਈ ਗਾਂਦੀ। ਅੱਛਾ, ਹਾਂ, ਇਹ ਮਸਤ ਮਲੰਗ ਹਨ, ਮਤਲਬ ਮਸਤੀਆਂ 'ਚ ਰਾਵਣ ਵਾਲੇ। ਤੁਸੀਂ ਉੱਥੋਂ ਕਿਵੇਂ ਨਿਕਲੇ ਅਤੇ ਕਿਉਂ ਨਿਕਲੇ? ਹਾਂ, ਇਹ ਗੱਲ ਹੁਣ ਤੁਸੀਂ ਪੁੱਛੀ ਹੈ।
मैं उसले दूजी चढ़ गया पास हो गया ते त्रीजी क्लास आए ना तो छुट्टियां हो गई गर्मी दियाँ ठीक है गर्मी की छुट्टियां हो गई बस्ता मेरा उस बैठक दे टंगया रह गया तो साडा नाना जी सुखे दे कोट वो रेंदे हैं तो साढ़े उन्होंने खजूर के पेड़ उत्थे डोके लगते हैं डोके डोके बुस्सा ही छड़ देते हैं कच्चे बुस्सा छड़ देते हैं पक्के डोके छड़ देते हैं तो जी ढेर पक जाए उसने पिंड छड़ देते हैं वो जरा पहले जल लिया ना खुआल खुआ भर के खन्नी वो लिया साढ़े मावा दियाँ बहन देवन आते हैं वो देवन आए उठते लद्दी हुई वो ले आए साढ़े घर से बंडी साढ़े घर सारे बंडे सारे गाँव में जड़े न भाई ये साढ़े पेके आई ने फलाने आई उस रिवाज होता वो हूँ जल वजन लगे ना तो सारा छुट्टियाँ मैं तैयार हो गया मैं क्या मैं तो नानके बहना नानी मेरी ले आई कहना जो रंग बिरंगे उठ होंगे ठीक है तो घोड़े खिडौने तो मैं क्या मैं तो खिडौने लवान मैंने नानी आख्या मैं बहना हूँ मेरे पिता जी जावन ना देव दादा जावन ना देवे मैं जिद की मैं उन्होंने नाल भग गया ठीक है मैं उसे गाँव में कोई नमजल रोले पैन मैं सुखे से कोट आम ये कोट जो शब्द है ना सारे हिंदुओं के नानके को हाँ नानके अपने नाने के नाल चला गया मैं ठीक है उत्थे राह च पौंदा ये मसा नहीं पौंदा तकिया भी पीरकोटी सदाना ये सारे नाल पौंद साडा सुखे का कोट आंदा सुखे दे कोट फरलांग दो फरलांग मील अद्धे मील ते आई सलियाना जिथे तो कहता बे मैं सलियाना गया हो सलियाने मेरा मासा रहा मेरी मासी रही है हूँ जो रोले पै गए सानू पता कोई ना ब्रह्म का कोट आई उत्थे ब्राह्मण हैं सारे भगत सड़ी भगत ठीक है वो उन्होंने भगतों का एक मेला भरीदा है वो मेले तो सारे ब्राह्मण कट्ठे होते बहुत हूँ साढ़े नानके भी गए उदू भी है ये भी है एक बैठक आई ब्राह्मणा की खेत दे जिमीदार होंगे इधर ब्राह्मण उत्थे बैठे दो पहाड़ कट्टे तो उत्थे गल्लां सुनियां भाई रोले पौने ते इन्हें ते इन्हें ते इन्हें होवन आए तो हम सानू बच्चे संत ख्याल ही कर पर उन्होंने ध्यान इस चीज़ का हूँ भाई वो मेले मूले से जल हम लगे होके मारन कोई दूर मुसलमान जिमें हैं तो जिमें बै ज बै व्यापत करन वास्ते वो अपनी अपनी बोलियां बोलन ठीक है तो इन्हों के मन च बै पै गया भाई तो कोई ना कोई रोला पौना ये हूँ असी तो आ गए सुखे दे कोट अपने नानके हूँ नानके पता लगा इतने वार आनी है वार पता कौन से देंगे वार कट्ठे होते हजार डेढ़ हजार दो हजार आदमी इकट्ठा आके दाड़ दाड़ उस वार से देंगे तो दाड़ से देंगे ये आमनी है हूँ इन्हें अपने बचाव वास्ते सुखे न छोड़ के सलियाने चले गए जिते मेरा मासर रहा ठीक है उन्हों की आई मशीन जड़ी कुकू कुकू करेंदी है ना आटे चक्की लगी हुई मशीन हूँ असं उत्थे चले गए सारा अद्धे सुखे दो कोट आलू उत्थे चले गए हूँ उत्थे चले गए तो जन उत्थे रोला कोई ना ही पिया तो इत्थे ही कोई ना ही पिया असं हूँ खेडिए तो मैं सिख अज तक वेखे कोई ना अच्छा तो खूह तो गए उस नावन तो उत्थे सिखा के छोर हैं सिखा से पगड़ियाँ हैं इं गंजे मैं कि एक ही गल ना छोर न छेरी पता ना हाँ, तो, हाँ। तो मैं वेख्या भाई वो नान दे भैन ना लसी ना बस सन दसाने ये जड़े न ये सिख सींदे इन्होंने वाल हैं भी साढ़े बिरा ये साढ़े साढ़े च बने हुए किसी राम सिंह संतोख सिंह सुंदर सिंह के ना हैं मतलब अच्छा ता उतो पता लगा मैं तो सिख असी अज तक क्योंकि तुम्हारे पड़ोसी हैं कोई ना ना हैं कोई ना जिते दूसरे आंदे आवे हाँ ना मैं ना स्कूल है चान ना मोहल्ले चान ना सदाने ना कुछ जंग कोई बैठे हो तो बैठे हो पता नहीं जंग गए कोई नहीं इस वास्ते मैं बड़ा आश्चर्य होया अपने आप मैं तो पता है तो उत्थे फिर रोला पै गया मारदाड़ हो गई मारदाड़ इतनी हुई कि उन्ना मुसलमाना जरा कट्ठा हो के सलियाने सुनारे बैठे सुनारे ठीक है पैसे वाले सोने चांदी वाले तो बाकी सारे उत्थे कट्ठे हो गए सुखे वाले भी उन्हें आख्या मौका है
ਉਹਨਾਂ ਗੁਰਦੁਆਰਾ ਆਏ, ਗੁਰਦੁਆਰੇ ਦੇ ਵਿੱਚ ਮੰਜੀਆਂ ਡਾਹ ਤੇ ਉੱਤੇ ਕੱਟ ਕੇ, ਅਸੀਂ ਤੁਹਾਨੂੰ ਦੱਸਦੇ ਕੁਝ ਨਹੀਂ, ਆਖੇ ਤਾਂ ਕੋਈ ਨਹੀਂ, ਸਾਨੂੰ ਜੈਸ਼ਾ ਹੈ ਤੁਸੀਂ ਸੋਨਾ ਚਾਂਦੀ ਜਿਹੜਾ ਹੱਥ ਦਾ ਮਾਲ ਦੇ ਛੋੜੋ ਤਾਂ ਅਸੀਂ ਵਾਪਸ ਆਏ। ਅੱਛਾ, ਉਹਨਾਂ ਫਿਰ ਉੱਥੇ ਸੁਨਾਰਿਆਂ ਕੋਲ ਸੋਨਾ ਕਢਾਇਆ, ਜਿਹੜਾ ਬਾਕੀਆਂ ਕੋਲ ਉਹ ਹੱਥਾਂ ਦੇ ਗਾਨਾਂ ਦੇ ਸਾਰੇ ਲਾ ਕੇ ਦਿੱਤੇ, ਉੱਥੇ ਡੇਰੀ ਲੱਗ ਗਈ ਜੀ ਸੋਨਿਆਂ ਦੀ। ਸਾਡੇ ਬੰਦੇ ਪੈਂਦੇ ਵੀ ਤਾਂ ਬੜਾ ਸਾਰਾ ਪਹਿਲੇ ਤੋਂ, ਮਤਲਬ ਮਰਦਾ ਕਿਆ ਨਾ ਕਰਤਾ, ਮਜਬੂਰੀ ਆਈ। ਫਿਰ ਉਹਨਾਂ ਜਿਹੜੇ ਇਹ ਤਾਂ ਲੈ ਗਏ ਜਿਹੜੇ ਵੱਡੇ ਵੱਡੇ ਮੋਜ਼ਜ਼ ਆਦਮੀਆਂ ਨੇ, ਜਿਹੜੇ ਮੁਸਲਮਾਨਾਂ ਦੇ ਜਿਹੜੇ, ਅਤੇ ਜਿਹੜੇ ਬਾਕੀ ਲੜਨ ਵਾਲੇ ਹਨ ਉਹਨਾਂ ਨਾਲ ਇਹਨਾਂ ਨੂੰ ਲੁੱਟ ਲਓ। ਅੱਛਾ ਜੀ, ਇਹਨਾਂ ਨੂੰ ਲੁੱਟ ਲਓ, ਜੈਸ਼ਾ ਇਹਨਾਂ ਦੇ ਕੋਲ ਲੈ ਲਓ। ਉੱਥੇ ਫਿਰ ਉਹਨਾਂ ਵੱਢ ਕੱਟ ਸ਼ੁਰੂ ਕਰ ਦਿੱਤੀ। ਠੀਕ ਹੈ, ਹੁਣ ਮੈਂ ਛੋਟਾ ਜਿਹਾ ਮੂੰਹ, ਸਾਡੇ ਨਾਨਾ ਕਿਦਾਏ ਗਿਆ, ਮੇਰਾ ਮਾਮਾ ਕਿਦਾਏ ਗਿਆ, ਨਾਨੀ ਕਿਦਾਏ, ਜਿੱਥੇ ਜਿੱਥੇ ਜਿਸ ਧਾਰ ਮਿਲੀ ਮੈਂ ਇੱਕ ਜਗ੍ਹਾ 'ਤੇ ਲੁੱਕ ਗਿਆ। ਉੱਥੇ ਹੋਰ ਲੁਕੇ ਹੋਏ ਹਨ, ਜਨਾਨੀਆਂ ਹਨ, ਆਦਮੀ ਹਨ। ਹੁਣ ਇੱਕ ਹਿੰਦੂ ਸੁਨਾਰਾ ਆਇਆ, ਉਹ ਆਖਦਾ ਬਈ ਬਚਣਾ ਹੈ ਨਾ ਤਾਂ ਇੱਕ ਕੰਮ ਕਰੋ, ਜਿਹੜੀ ਤੁਹਾਡੀ ਕੰਨਾਂ ਦੀ ਵਾਲੀਆਂ ਨਾ ਇਹ ਲਾ ਕੇ ਦਿਓ। ਉਹਨਾਂ ਜਿਹੜੀ ਜਨਾਨੀਆਂ ਨੇ ਉਹਨਾਂ ਕੰਨਾਂ ਦੀ ਵਾਲੀਆਂ ਲਾ ਦਿੱਤੀਆਂ, ਜਿਹਦੇ ਕੋਲ ਹਾਈ, ਜਿਹਦੇ ਕੋਲ ਨਾਈ, ਜੇ ਉਹ ਲੈ ਕੇ ਉਹ ਵੀ ਉਹਨਾਂ ਨੂੰ ਦੇ ਛੋੜੋ, ਉਸ ਹਿੰਦੂ ਸੁਨਾਰੇ ਨੇ ਉਹਨਾਂ ਨੂੰ। ਹਾਂ, ਇੰਨਾ ਪਹਿਲਾਂ ਤਿਆਰੀ ਕੀਤੀ ਹੋਈ ਆਈ, ਉੱਤੇ ਵੱਟੇ ਰੱਖੇ ਹੋਏ ਹਨ, ਤੇਲ ਗਰਮ ਕੀਤਾ ਹੋਇਆ ਆਈ, ਰੋੜੇ ਰੱਖੇ ਹੋਏ ਹਨ, ਮਿਰਚਾਂ ਦੇ ਪਾਊਡਰ ਰੱਖੇ ਹੋਏ ਹਨ, ਬਈ ਇਹ ਆਉਣਗੇ ਗਲੀ ਦੇ ਵਿੱਚ ਹੀ ਉਹਨਾਂ ਨੂੰ ਛਿੜਕ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ। ਉਹਨਾਂ ਇਹੋ ਜਿਹੀ ਸਕੀਮ ਬਣਾਈ, ਉਹਨਾਂ ਨੂੰ ਨਾ ਲੜਨਾ ਪਿਆ, ਨਾ ਕੁਝ ਕਰਨਾ ਪਿਆ, ਉਹਨਾਂ ਸੋਨਾ ਚਾਂਦੀ ਦਾ ਬੜਾ ਪਿਆਰ ਨਾਲ ਲੈ ਲਿਆ, ਪੈਸੇ ਲੈ ਲਏ, ਅਤੇ ਬਾਕੀ ਜਿਹੜਾ ਉਹਨਾਂ ਨੂੰ ਤਾਂ ਛੋੜ ਦਿੱਤਾ ਉਹਨੇ। ਅਸੀਂ ਇਹ ਬਾਈ ਦੌੜ ਸ਼ੁਰੂ ਹੋ ਗਏ, ਅਸੀਂ ਇੱਕ ਗੇਰ ਦੇ ਵਿੱਚ ਅਸੀਂ ਗਿਰ ਗਏ, ਅਤੇ ਮੈਂ ਤਾਂ ਛੋਟਾ ਜਿਹਾ ਝੜ ਤੋਂ ਪਾਰ ਨਾ ਕਰ ਸਕਦਾ। ਮੇਰਾ ਇੱਕ ਮਾਮਾ ਆਈ, ਰਾਮ ਪ੍ਰਕਾਸ਼ ਉਹਦਾ ਨਾਂ ਆਈ, ਉਸ ਮੈਨੂੰ ਥੱਬੀ ਭਰ ਕੇ ਚਾਹ ਕੇ ਪਰਲੇ ਉੱਤੋਂ ਛੱਡ ਦਿੱਤਾ। ਮੈਂ ਪਰਲੇ ਮਣੇ ਚਲਾ ਗਿਆ। ਉਹ ਆਏ ਦਰਖਾਣਾ ਦੇ ਘਰ, ਠੀਕ, ਖਾਤੀਆਂ ਦੇ ਘਰ ਹਨ, ਉਹ ਖਾਤੀ ਚਲੇ ਗਏ ਹਨ, ਮੁਸਲਮਾਨ ਹਨ, ਉਹ ਚਲੇ ਗਏ, ਉਹਨਾਂ ਦੇ ਘਰ ਲੱਕੜੀਆਂ ਪਈਆਂ ਹਨ, ਕੋਈ ਇੱਧਰ ਲੁੱਕੇ, ਕੋਈ ਇੱਧਰ, ਮੈਂ ਹੀ ਲੱਕੜੀਆਂ ਦੇ ਵਿੱਚ ਲੁੱਕ ਗਿਆ। ਠੀਕ ਹੈ, ਹੁਣ ਉਹਨਾਂ ਤੋਂ ਲੁੱਟ ਮਾਰ ਮਚਾ ਕੇ ਤਾਂ ਚਲਾ ਜਾਣਾ ਸੀ। ਉੱਥੇ ਬਾਕੀ ਸਾਰੇ ਇਕੱਠੇ ਹੋਏ, ਸਾਰੇ ਇਕੱਠੇ ਹੋ ਕੇ ਵੇਖੋ ਨੇ, ਅਤੇ ਉੱਥੇ ਦੋ ਤਰ੍ਹਾਂ ਆਦਮੀ ਮਾਰ ਗੱਤੇ ਹਨ ਉਹਨਾਂ, ਉੱਥਾਂ ਹੀ ਪਿਆ। ਚਾਨਣ ਸੁਨਾਰਾ ਆਈ, ਉਹ ਮੈਂ ਵੇਖਿਆ ਅੱਖੀ ਨਾਲ, ਮੰਜੀ ਦੇ ਉੱਤੇ ਮੋਇਆ ਪਿਆ, ਕਤਿਆ ਪਿਆ। ਅਤੇ ਉੱਥੋਂ ਫਿਰ ਸਾਡੇ ਹੋ ਕੇ ਸਾਡਾ ਮੇਰਾ ਨਾਨਾ ਹੀ ਮਿਲ ਗਿਆ, ਮਾਮਾ ਹੀ ਮਿਲ ਗਿਆ, ਮੇਰੀ ਨਾਨੀ ਮਿਲ ਗਈ, ਮੇਰੇ ਮਾਸੜੇ ਸਾਰੇ ਜਿੱਥੇ ਲੁਕੇ ਹਨ ਉਹ ਸਾਰੇ ਆ ਗਏ। ਫਿਰ ਅਸੀਂ ਫਿਰ ਸੁੱਖੇ ਦੇ ਕੋਲ ਚਲੇ ਗਏ ਨਾਨਕੇ। ਠੀਕ ਹੈ, ਪਹਿਲੇ ਮਾਸੜ ਦੇ ਕੋਲ ਦੱਸੇ ਕਿੱਥੇ, ਮਾਸੜ ਦੇ ਕੋਲ ਜਿੱਥੇ ਸਾਰਾ ਦੰਗਾ ਹੋਇਆ, ਸਲਿਆਣਾ, ਸਲਿਆਣੇ ਦੰਗਾ ਹੋਇਆ, ਜਿੱਥੇ ਤੁਸੀਂ ਨਿਕਲੇ ਫਿਰ ਮਾਸੜ ਕੋਲ ਚਲੇ ਗਏ। ਨਹੀਂ, ਮਾਸੜ ਕੋਲ ਚੱਲ ਕੇ ਅਸੀਂ ਫਿਰ ਨਾਨੀ ਨਾਨੇ ਕੋਲ ਆ ਗਏ, ਨਾਨੇ ਕੋਲ ਆ ਗਏ। ਠੀਕ ਹੈ, ਉੱਥੇ ਨਾਨੇ ਕੋਲ ਆਏ, ਉੱਥੇ ਅਜਨੇ ਰੋਲਾ ਕੋਈ ਨਾ ਪਿਆ। ਅੱਛਾ, ਇੱਥੋਂ ਤੁਸੀਂ ਵੇਖ ਕੇ ਤਾਂ ਜਾ ਚੁੱਕੇ? ਹਾਂ, ਵੇਖ ਕੇ ਜਾ ਚੁੱਕਿਆ, ਅਤੇ ਉੱਥੋਂ ਆਏ, ਅਤੇ ਇੱਥੇ ਜੇ ਰੋਲਾ ਕੋਈ ਨਾ ਪਿਆ, ਅਤੇ ਰਾਤ 'ਤੇ ਰਹਿ ਗਏ ਰੋਲਾ ਪਾਉਣਾ, ਇੱਥੇ ਵੱਟ ਘੁੰਮੇ। ਅੱਛਾ, ਉਹ ਫਿਰ ਆ ਗਏ ਸਾਡੇ, ਫਿਰ ਲੁੱਕ ਕੇ, ਅਤੇ ਜਿਹੜੀ ਖਜੀਆਂ ਦੇ ਹੁੰਦੇ ਨਾ ਬਣਦੀਆਂ ਪੂੜੀਆਂ, ਅਤੇ ਖੰਨੇ ਜਿੰਨਾ 'ਚ ਲੁਕੈਂਦਿਆਂ ਵਿਛੜੇ, ਉਹ ਖੋਲੇ ਭਰੇ ਪਿਆ, ਉਹਨੂੰ ਸਾਰੇ ਉਸੇ ਲੁੱਕ ਹੈ, ਕੋਈ ਕਿੱਦਾਂ ਹੀ ਲੁਕਿਆ, ਕੋਈ ਕਿੱਦਾਂ ਹੀ ਲੁਕਿਆ, ਕੋਈ ਕਿਸੇ ਨਹੀਂ ਲੁਕਿਆ, ਉਹਨਾਂ ਜੋ ਆਪਣੇ ਮਰਜ਼ੀ ਨਾਲ ਜਿਵੇਂ ਲੁੱਟਣ ਛੁੱਟਣਾ ਆਏ ਨਾ, ਕਿ ਨਾਲ ਰਾਤ ਦਾ ਟਾਈਮ ਆਏ, ਉਹ ਲੁੱਟ ਪੱਟ ਕੇ ਨਿਕਲ ਗਏ। ਠੀਕ ਹੈ, ਫਿਰ ਅਸੀਂ ਸਵੇਰੇ ਨਿਕਲੇ ਗਏ, ਸਵੇਰੇ ਨਿਕਲੇ, ਅਤੇ ਇਦੋਂ ਸਾਡੇ ਗਾਂਵ ਵਾਲੇ ਜਿਹੜੇ ਹਨ, ਢਾਲੀ ਵਾਲੇ ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਸਾਡੇ ਵੱਡੇ, ਉਹ ਉਹਨਾਂ ਨੂੰ ਭੋਜਨ ਆ ਹੋਇਆ, ਉਹ ਰਾਗੀ ਕਾਦਿਰਪੁਰ ਜਿਹੜੇ ਨਾ, ਉੱਥੇ ਸਾਡੇ ਪਿਜਰੇ ਰਹਿੰਦੇ, ਉਹਨਾਂ ਸਾਲਿਆ ਇੱਥੇ ਆ ਜਾ। ਠੀਕ ਹੈ, ਹੁਣ ਆਪਣੇ ਹੱਥਾਂ ਨਾਲ ਪੇਟੀਆਂ ਦੇ, ਅਤੇ ਸੋਨਾ ਚਾਂਦੀ ਦਾ ਜਿਹੜਾ ਤੰਦੂਰ ਦੇ ਵਿੱਚ ਲੁਕਾ ਕੇ ਰੱਖ ਆਇਆ, ਅਤੇ ਉਹ ਦੇ ਕੇ ਚਲੇ ਗਏ। ਉਹ ਪੇਟੀਆਂ ਉੱਠਾਂ 'ਤੇ ਲੱਦ 'ਤੇ ਲੈ ਗਏ ਸਾਡੀਆਂ, ਇਹਦੀਆਂ ਵਾਰੀਆਂ। ਠੀਕ ਹੈ, ਅਤੇ ਫਿਰ ਜਿਹੜੇ ਹੁਣ ਮੇਰੀ ਮਾਂ ਰੋਵੇ, ਮੇਰੇ ਪਤਨੀ ਪੁੱਤਰ ਨੂੰ ਤਾਂ ਹੋ ਗਿਆ ਕਿ ਨਹੀਂ, ਪਲੇਠੀ ਦਾ ਪੁੱਤਰ ਵੱਡਾ ਪੁੱਤਰ ਹੋਏ, ਹੁਣ ਉਹ ਰੋ ਰੋ ਤੇ ਦਿੰਦਾ ਸੀ ਮੰਗਵਾ ਵਿੱਚ। ਹੁਣ ਸਾਡਾ ਰੌਕ ਨੂੰ ਗਲਿਆ, ਸਾਡੇ ਦਾਦੇ ਨੇ ਚਿੱਠੀ ਦੇ ਕੇ ਮੇਰੇ ਨਾਨੇ ਵੱਲ, ਬਈ ਇਸ ਨੂੰ ਲੈ ਆ ਜਾ ਕੇ। ਠੀਕ ਹੈ, ਮੇਰੇ ਨਾਨੇ ਵਿਸ਼ਵਾਸ ਕੋਈ ਨਾ ਕੀਤਾ, ਮੈਂ ਆਖਿਆ ਚਿੱਠੀ ਹੋਵੇ, ਕੁਝ ਜਿੰਦੇ ਕੋਈ ਹਿੰਦੂ ਨਾ ਆਇਆ, ਮੈਂ ਕੋਈ ਨਹੀਂ ਦੇਵਣੀ। ਫਿਰ ਉੱਥੇ ਵਧਵਾ ਆਈ ਇੱਕ, ਰਾਮ ਕੋਈ ਤਾਂ ਨਾ ਆਏ, ਰਾਮ ਦਿੱਤਾ ਵਧਵਾ, ਉਹ
ਜਾਣਦਾ ਉਹਨਾਂ ਨੂੰ ਹੀ ਅਤੇ ਉਹਨਾਂ ਨੂੰ ਹੀ, ਅਤੇ ਉਸ ਨੂੰ ਭੇਜਿਆ ਉਹਦੇ ਨਾਲ, ਉਹ ਆਪਣਾ ਸਾਜੀ ਮੁਸਲਮਾਨ ਭੇਜਿਆ। ਅੱਛਾ। ਉਹ ਚਿੱਠੀ ਲੈ ਗਿਆ ਮੇਰੇ ਨਾਨੇ ਦਿੱਤੀ, ਉਸਦੇ ਨਾਨੇ ਭੜ ਭੁੜ ਕੇ ਉਹਨਾਂ ਕਿ ਇਹ ਹੁਣ ਤੇਰੇ ਜ਼ਿੰਮੇ ਹੈ, ਅਸੀਂ ਹੁਣ ਦਿੰਦੇ ਪਏ, ਨਹੀਂ ਤਾਂ ਕੋਈ ਨਾ ਦੇਣਾ, ਇਹ ਹੁਣ ਬਹਿੰਦਾ ਪਿਆ, ਨਾਲ ਤੂੰ ਆਇਆ ਤਾਂ ਅਸੀਂ ਦਿੰਦੇ ਪਏ। ਠੀਕ ਹੈ। ਉਹ ਮੈਂ ਲੈ ਗਿਆ, ਅਸੀਂ ਤਾਂ ਮਸਤ ਮੌਲਾ ਦੇ ਬੱਚੇ, ਅਸੀਂ ਸਾਨੂੰ ਪਤਾ ਕੋਈ ਨਾ। ਠੀਕ ਹੈ। ਉਹ ਰਾਹ ਦੇ ਵਿੱਚ ਸਾਹਿਬ ਦਾ ਕੋਟ ਇਹਨਾਂ ਪਾਰਕ ਰਹਿੰਦਿਆਂ ਨਾ, ਮੁਸਲਮਾਨ ਵਧੇ ਹੋਇਆ ਇਹ ਅੱਖੀ ਨਾਲ ਵੇਧੇ, ਅਤੇ ਮੱਸਣ ਦੇ ਟਿਕਾਣੇ ਦੇ ਅੱਗੋਂ ਲੱਗੇ ਨਾ। ਹਾਂ। ਉਸ ਤੋਂ ਪਹਿਲਾਂ ਬ੍ਰਹਮ ਦਾ ਕੋਟ ਆਏ। ਠੀਕ ਹੈ। ਉੱਥੇ ਰਹਿੰਦੇ ਹਨ ਸਾਡੇ ਫੁੱਫਾ ਜੀ। ਠੀਕ ਹੈ। ਉਹ ਬਾਰੇ ਬਾਹਮਣਾਂ ਦਾ ਪਿੰਡ ਆਏ। ਅੱਛਾ, ਪੂਰਾ ਹੀ ਬਾਹਮਣ। ਹਾਂ, ਬ੍ਰਹਮ ਦਾ ਕੋਟ ਹੀ ਨਾ ਹੈ ਸਰ, ਬ੍ਰਾਹਮਣਾਂ ਦਾ ਪਿੰਡ ਆਏ, ਅਤੇ ਮੇਰਾ ਫੁੱਫੜ ਦਾ ਵਿਰਾਹ, ਉਹਦਾ ਨਾਂ ਹੈ ਕਿਸ਼ਨ ਲਾਲ। ਠੀਕ ਹੈ। ਉਹ ਮਾਸਟਰ ਲੱਗੋ ਹੈ ਪੀਰਕੋਟ ਸਦਾਣੇ। ਠੀਕ ਹੈ। ਉਹ ਸਾਈਕਲ ਉਸ ਵੇਲੇ ਟੂਪਾਂ ਹੁੰਦੀਆਂ ਨਾ ਸਾਈਕਲ ਦੀਆਂ, ਕਿਸੇ ਕਿਸੇ ਕੋਲ ਟੂਪੇ ਲਾਲ ਆਉਂਦੀਆਂ। ਠੀਕ ਹੈ। ਅਤੇ ਲਾਲ ਆਉਂਦੀਆਂ ਤਾਂ ਸਾਈਕਲ ਨੂੰ ਪਿੰਚਰ ਲਾ ਕੇ ਉਹ ਪਤਾ ਕਰਨ ਸਾਡਾ ਆਉਂਦਾ ਪਿਆ। ਅੱਛਾ। ਟਾਲੀ ਸਾਈਕਲ ਪੀਰਕੋਟ ਤੋਂ, ਬ੍ਰਹਮ ਦੇ ਕੋਟ 'ਚ ਪੀਰਕੋਟ ਤੋਂ ਆਉਂਦਾ ਹੀ ਹਮੇਸ਼ਾ, ਉਹਨੂੰ ਏਰੀਏ ਦਾ ਪਤਾ ਹੈ। ਮੈਂ ਕਿਹਾ ਉਹਨਾਂ ਦਾ ਪਤਾ ਕਰਾਂ। ਸਾਡੇ ਉੱਠੀ ਤਾਂ ਇਹਦੇ ਰਾਗੀ ਆ ਗਏ। ਠੀਕ ਹੈ। ਅਤੇ ਇਦੂ ਮੁਸਲਮਾਨ ਜਿਹੜਾ ਨਾਲ ਆਏ ਨਾ, ਅਤੇ ਨਾਲ ਉਹ ਵਧਵਾਏ, ਭੁੱਖ ਲੱਗੀ ਜਣੇ ਤੇਰੇ ਫੁੱਫੀ ਦਾ ਗਾਮ ਹੈ, ਅਤੇ ਫੁੱਫੜ ਕੋਲ ਚੱਲ। ਠੀਕ ਹੈ। ਅਸੀਂ ਫਿਰ ਆਪਣੇ ਫੁੱਫੜ ਕੋਲ ਆਏ, ਉਸ ਡੋਕੇ ਦਿੱਤੇ, ਡੋਕੇ ਮਟਕੀਆਂ ਹੀ ਪਾਲਦੇ ਰੱਖਦੇ ਹਨ ਡੋਕੇ, ਅਤੇ ਪਿੰਡਾਂ ਦਿੱਤੀਆਂ, ਉਹਨਾਂ ਪਿੰਡਾਂ ਖਾਧੀਆਂ, ਲੱਸੀ ਪੀਤੀ, ਪਾਣੀ ਨਾਲ ਮਨ ਬਣਦੇ ਹਨ, ਮਿੱਠੇ ਮਨ, ਮਿੱਠੇ ਮਨ ਬਣਦੇ ਹਨ, ਮਿੱਠੇ ਮਨ ਦਿੱਤੇ ਹਨ। ਉਹਨਾਂ ਕਿਹਾ ਇਹ ਲਓ ਖਾ ਲਓ, ਉਹਨਾਂ ਦਾ ਪੇਟ ਭਰੀ ਗਿਆ, ਅਤੇ ਉਹਨਾਂ ਕਿਹਾ ਮੈਂ ਤਾਂ ਸਾਈਕਲ ਤਿਆਰ ਕਰਨ ਦਾ ਵਹਿਮ, ਤਾਂ ਪਰ ਤੁਸੀਂ ਆ ਗਏ ਹੋ, ਹੁਣ ਪਤਾ ਲੱਗ ਗਿਆ ਬਈ ਠੀਕ ਠਾਕ ਹੈ। ਅਤੇ ਸਾਰਿਆਂ ਨੂੰ ਫਿਕਰ, ਉੱਥੇ ਅਜੇ ਰੋਲਾ ਕੋਈ ਨਾ ਆਈ ਪਿਆ। ਠੀਕ ਹੈ। ਉੱਥੋਂ ਅਸੀਂ ਚੱਲੇ ਅਤੇ ਆਏ ਰਾਏ ਮੱਸਣ, ਮੱਸਣ ਵੇਖਿਆ ਅੱਗਾਂ ਲੱਗੀਆਂ ਹੋਈਆਂ, ਧੂੰਆਂ ਧੂੰ ਹੋਇਆ। ਅੱਛਾ। ਮਹੰਤ ਜਿਹੜੇ ਹਨ ਉਸ ਟਾਈਮ ਅਰਜਨ ਦਾਸ ਜੀ ਹਨ, ਇਹ ਮਹੰਤ ਜਿਹੜੇ ਹੁਣ ਹਨ ਨਾ, ਜੇ ਇੰਨਾ ਮਹੰਤ ਪਹਿਲਾਂ ਅਰਜਨ ਦਾਸ, ਉੱਥੇ ਪਾਕਿਸਤਾਨ ਹਨ, ਉਸ ਤੋਂ ਪਹਿਲਾਂ ਗੋਕਲ ਦਾਸ ਹਨ। ਠੀਕ ਹੈ। ਗੋਕਲ ਦਾਸ ਤੋਂ ਬਾਅਦ ਇਹ ਅਰਜਨ ਦਾਸ ਹਨ, ਇਹ ਟਿਕਾਣੇ ਤਾਂ ਉਹਨਾਂ ਟਿਕਾਣਾ ਸਿਆਲ ਹਨ, ਸਿਆਲ ਉਹਨਾਂ ਦੇ ਪਿੱਛੂ ਲੱਗ ਗਏ, ਜਿਹੜੇ ਆਮੂ ਸਿਆਲ ਸਰਦਾ ਪੈਣਾ ਬਾੜਾਂ ਲੈ ਕੇ ਉਹ ਆ ਗਿਆ, ਉਹਨਾਂ ਲੁੱਟ ਪਾਟ ਮੱਸਣ ਨੂੰ ਵੱਢ ਟੁੱਕ ਬੜੀ ਕੀਤੀ। ਹੋਏ ਹੋਏ। ਅੱਛਾ। ਇਤਨੀ ਵੱਢ ਟੁੱਕ ਕੀਤੀ, ਕੋਈ ਨਹੀਂ ਛੋੜਿਆ ਮੱਸਣ ਨੂੰ, ਵਿੱਚ ਉਹਨਾਂ ਖੇ ਟਿਕਾਣੇ ਨੂੰ ਲੁੱਟੀਏ, ਗੁਰਦੁਆਰੇ ਨੂੰ ਲੁੱਟੇ ਉਹਨੇ, ਟਿਕਾਣੇ ਨੂੰ ਲੁੱਟੇ ਉਹਨੇ, ਮਹਾਨ ਸਾਹਿਬ ਨੂੰ ਕੱਢ ਕੇ ਬਾਹਰ ਲਿਆਏ, ਅਰਜਨ ਦਾਸ ਨੂੰ ਕੱਢ ਕੇ ਬਾਹਰ ਲਿਆਏ, ਅਤੇ ਉਹਨੇ ਆਖਿਆ ਉਹਨੇ ਇਸ ਨੂੰ ਜਿਹੜਾ ਵੱਢੋ, ਅਤੇ ਉਸਦੇ ਸੋਨੇ ਦੇ ਕੜੇ ਪਾਏ ਹੋਏ ਹਨ, ਕੰਠੀਆਂ ਪਾਈਆਂ ਹੋਈਆਂ ਇੱਥੇ, ਅਤੇ ਬਈ ਇਸ ਨੂੰ ਜਿਹੜਾ ਨਾ ਬਾਹਰ ਲਿਆ, ਅਤੇ ਚੌਕ ਦੇ ਵਿੱਚ ਉਹਨਾਂ ਹੱਥ ਵੱਢ ਕੇ ਉਹ ਘੱਲਾ ਕੇ, ਅਤੇ ਬੋਟੀ ਬੋਟੀ ਕਰਕੇ ਉਹਨਾਂ ਆ ਗਿਆ, ਮੁਸਲਮਾਨ ਬਣ ਲਿਆ, ਉਹਦਾ ਮੁਸਲਮਾਨ ਨਹੀਂ ਬਣਨਾ, ਚਾਹ ਮਾਰ ਦਿਓ, ਮੈਂ ਮੁਸਲਮਾਨ ਨਹੀਂ ਬਣਨਾ, ਇਤਨਾ ਤਾਗ ਕੀਤਾ ਉਸ। ਅਤੇ ਉਹ ਜਿਹੜਾ ਨਾ ਉੱਥੋਂ ਉਹ ਵੇਖਿਆ ਸੀ ਨਜ਼ਾਰਾ, ਤੁਸੀਂ ਵੇਖਿਆ, ਉਹ ਮਰਦਾ ਨਹੀਂ ਵੇਖਿਆ, ਜੋ ਅੱਗ ਲੱਗੀ ਵੇਖੀ, ਮੈਂ ਸਮਝ ਗਿਆ, ਸੜਦਾ ਪਿਆ ਤੇ ਧੂੰਆਂ ਧੂੰ ਹੋਇਆ ਪਿਆ, ਉੱਥੋਂ ਅਸੀਂ ਬਾਹਰ ਬਾਹਰ ਆ ਗਏ, ਨਹੀਂ ਤਾਂ ਸਾਡੇ ਟਿਕਾਣਾ ਉੱਥੇ ਹੁੰਦਾ ਮੱਸਣ ਦੇ ਵਿੱਚ, ਉੱਥੇ ਲੰਗਰ 12 ਮਹੀਨੇ ਚੱਲਦਾ। ਉੱਥੋਂ ਜੀ ਫਿਰ ਅਸੀਂ ਆਏ ਰਾਗੀਏ, ਉਹਨਾਂ ਨੂੰ ਪਤਾ ਲੱਗ ਗਿਆ ਢਾਲੀ ਗਿੱਧਾਂ ਵਾਲੀ ਤਾਂ ਛੋੜ ਦਿੱਤੀ ਹੈ, ਰਾਗੀ ਆ ਗਏ। ਉੱਥੇ ਫਿਰ ਮੇਰੀ ਮਾਂ ਮਿਲੀ, ਫਿਰ ਦਾਦਾ ਮਿਲਿਆ, ਦਾਦਾ ਮਿਲਿਆ, ਪਰ ਦਾਦਾ ਤਾਂ ਗੁਜ਼ਰ ਗਿਆ, ਅਤੇ ਫਿਰ ਸਾਰੇ ਖੁਸ਼ ਹੋ ਗਏ, ਸਾਰੇ ਬਾਈ ਆ ਗਿਆ ਆ ਗਿਆ ਆ ਗਿਆ। ਤੁਸੀਂ ਵੱਡੇ ਆਵੇ? ਵੱਡਾ ਅਸੀਂ ਛੇ ਬਿਰਾਂ ਆਏ। ਅੱਛਾ। ਦੋ ਬਹਿਣਾਂ ਸਾਡੀਆਂ, ਸਾਰਿਆਂ ਨਾਲ ਵੱਡਾ ਮੈਂ ਹਾਂ, ਤੇਰਾ ਤਾਂ ਗੁਜ਼ਰ ਗਏ, ਸਾਰਿਆਂ ਨਾਲ ਵੱਡਾ ਮੈਂ। ਠੀਕ। ਹੁਣ ਉੱਥੇ ਫਿਰ ਜੀ ਕੀ ਹੋਇਆ ਕਿ 8-10 ਜਿਹੜੇ ਰਹੇ ਉਹ ਰਾਗੀਏ, ਕਿਵੇਂ ਬੱਚੇ ਰਾਗੀਏ ਦਾ, ਜਿਹੜਾ ਮੁਸਲਮਾਨ ਆਏ ਨਾ, ਉਹਦੇ ਪੁੱਤਰ ਹਨ ਫੌਜੀ, ਉਹ ਫੌਜੀ ਹਨ ਅਤੇ ਹਨ ਹਿੰਦੁਸਤਾਨ ਵਿੱਚ। ਠੀਕ ਹੈ। ਉਸ ਆਖਿਆ ਇਹ ਹਿੰਦੂ ਦਾ ਬੱਚਾ ਨਹੀਂ ਮਰਨ ਦੇ ਨਾਲ, ਮੇਰੇ ਪੁੱਤਰ ਸਹੀ ਸਲਾਮਤ ਆ ਗਏ ਨਾ, ਤਾਂ ਮੈਂ ਹਿੰਦੂਆਂ ਦਾ ਨੁਕਸਾਨ ਕੋਈ ਨਹੀਂ ਆਉਣ ਰਿਹਾ। ਵਾਹ। ਉਸ ਪਰ ਉਹਦੇ ਗਏ, ਉਹਨਾਂ ਨੂੰ ਬਾਈ ਬਚ ਕੇ ਆਉਂਦੇ ਕਿ ਨਹੀਂ ਆਉਂਦੇ, ਪੁੱਤਰ ਨਾਲ ਮੋਹ ਸਾਰੇ ਗੁੰਡ। ਉਸ ਇਸੇ ਵਾਸਤੇ ਰਾਗੀਆਂ ਵਾਲੇ ਸਾਡੇ ਪਿਜਰੇ ਨਾਲ ਸਾਨੂੰ ਬੁਲਾ ਲਿਆ ਉੱਥੇ, ਅਤੇ ਉੱਥੇ ਹੁਣ ਜਿਹੜੇ ਲੈ ਉਹਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਜਿਹੜੇ ਹਨ, ਪਿਜਰੇ ਨੇ ਪੁੱਤਰ ਨੇ, ਉਹ ਸਾਰੇ ਇੱਧਰ ਪਾਕਿਸਤਾਨ ਆ ਗਏ, ਉਹਦੇ ਚਲੇ ਗਏ। ਫਿਰ ਉਸ ਆਖਿਆ ਬਈ ਖੁਸ਼ੀ ਦੀ ਗੱਲ ਹੈ, ਉਹ ਆ ਗਏ, ਜਿਵੇਂ ਉਹ ਬਚ ਕੇ ਆਏ ਨੇ, ਮੈਂ ਤੁਹਾਨੂੰ ਬਚਾਈ ਸੀ।
वाह जी वाह। ਉਹ ਫਿਰ ਇਤਨੇ ਗਏ 5-7 ਦਿਹਾੜੇ ਤਾਂ ਅਸੀਂ ਰਹੇ ਹਾਂ ਉੱਥੇ, ਮੈਂ ਰਿਹਾ, ਬਾਕੀ ਉਹ ਤਾਂ ਕਿਤਨੇ ਦਿਹਾੜੇ ਰਹੇ ਹੋ ਸਨ। ਇਤਨੇ ਤਾਈਂ ਮਿਲਟਰੀ ਆ ਗਈ, ਮਿਲਟਰੀ ਆ ਗਈ ਕਹਿੰਦੀ ਬਲੋਚਾਂ ਦੀ ਅਤੇ ਪਠਾਣਾਂ ਦੀ, ਉਸ ਲਾਰੀਆਂ 'ਚ ਭਰ ਕੇ ਟੱਕਾਂ 'ਚ ਭਰ ਕੇ ਸਾਰੇ ਗਾਮ ਦੇ ਹਿੰਦੂਆਂ ਨੂੰ ਕੱਢ ਕੇ ਲੈ ਗਏ ਅਤੇ ਆਏ ਸ਼ਾਹ ਜੀਵਣਾ ਮੰਡੀ। ਸ਼ਾਹ ਜੀਵਣਾ ਮੰਡੀ 'ਚ ਆਏ ਅਤੇ ਉੱਥੇ ਗੇਟ ਬਣੇ ਹੋਏ ਹਨ, ਉਹਨਾਂ ਦੇ ਵਿੱਚ ਵਾੜ ਦਿੱਤੇ ਉਹਨੇ, ਅੰਦਰ ਤਾਂ ਆਜ਼ਾਦੀ ਆਈ ਹਿੰਦੂ ਹੀ ਹਿੰਦੂ ਹਨ ਸਾਰੇ, ਬਾਜ਼ਾਰ ਖੁੱਲ੍ਹੇ ਹਨ ਉਸ ਟਾਈਮ, ਮੰਡੀਆਂ ਦੇ ਸਾਰੇ ਖੁੱਲ੍ਹੇ, ਕੋਈ ਕਾਸ਼ਾ ਚਾਵੇ ਕਾਸ਼ਾ ਫੀਵੇ, ਉਹਨਾਂ ਪਤਾ ਜਾਣਾ ਹੈ ਇੱਥੋਂ, ਉੱਥੇ ਮੇਵੇ ਹਨ, ਛੋਲੇ ਹਨ, ਅਨਾਜ ਹੈ, ਆਟਾ ਹੈ, ਗੁੜ ਹੈ, ਘਿਓ ਹੈ, ਸ਼ੱਕਰ ਹੈ। ਅਸੀਂ ਹੁਣ ਸ਼ੌਂਕ ਬੱਚਿਆਂ ਸੇ ਬਾਜ਼ਾਰ ਵਨੀਏ, ਉੱਥੇ ਉਹ ਤਾਂ ਸੱਟਣ ਪਏ ਬਾਹਰ ਸਮਾਨ, ਜੈਸਾ ਮਰਜ਼ੀ ਕੋਲ ਲੈ ਜਾਓ, ਅਸੀਂ ਤੂਤੀਆਂ 'ਚ ਆਏ ਵਜੇ। ਅੱਛਾ, ਲੱਕੜ ਦੀ ਤੂਤੀਆਂ ਹੁੰਦੀਆਂ ਨਾ ਵਜਾਉਣ ਵਾਲੀ, ਉਹ ਅਸੀਂ ਮੈਂ ਢੇ ਸਾਰੀ, ਇਹ ਵੀ ਚੰਗੀ, ਇਹ ਵੀ ਚੰਗੀ, ਇਹ ਵੀ ਚੰਗੀ, ਬਚਪਨ ਦੀ ਗੱਲ ਹੈ। ਉਹ ਤੂਤੀਆਂ 'ਚ ਆ ਗਏ, ਥੱਬੀ ਭਰ ਕੇ ਅਤੇ ਅਸੀਂ ਆ ਗਏ ਜਿੱਥੇ ਸਾਡਾ ਡੇਰਾ ਆਏ, ਤੰਬੂ ਲੱਗੇ ਹੋਏ ਹਨ। ਹੁਣ ਕੁਦਰਤ ਇਹੋ ਜਿਹੀ ਮਾਰ ਪਈ, ਬਾਰਿਸ਼ ਆ ਗਈ ਥੋੜ੍ਹੀ, ਬਾਰਿਸ਼। ਇਹ ਕਿਹੜਾ ਮਹੀਨਾ ਆਈ? ਇਹ ਸਾਵਣ ਦਾ ਮਹੀਨਾ, ਇਹੋ ਮਹੀਨਾ, ਅਗਸਤ ਦਾ ਮਹੀਨਾ, ਇਸ ਤੋਂ ਇਸ ਮਤਲਬ ਬਾਰਿਸ਼ ਦੇ ਮਹੀਨੇ ਨਹੀਂ ਹੁੰਦੇ। ਬਾਰਿਸ਼ ਜਿਤਨੀ ਜ਼ੋਰ ਦੀ ਆਉਂਦੀ ਪਈ ਆਈ, ਹੁਣ ਦਾਲ 'ਚ ਪਾਣੀ ਪੈ ਗਿਆ, ਜੈਸ਼ਾ ਬਣਾਉਣ ਵਾਸਤੇ ਪਾਣੀ ਪੈ ਵਜੇ, ਹੁਣ ਬਾਲਣ ਦੀ ਸ਼ੈਕ ਆਈ ਨਾ, ਹੁਣ ਲੱਕੜੀਆਂ 'ਚ ਤੂਤੀਆਂ ਸਾਡੀਆਂ ਮਾਂ ਬਾਲ ਬਾਲ ਕੇ ਉਹਨਾਂ ਨਾਲ, ਉਹ ਤੂਤੀਆਂ ਜਿਹੜੀਆਂ ਨੇ। ਵਾਹ ਜੀ ਵਾਹ। ਮੈਂ ਤੁਹਾਨੂੰ ਗੱਲ ਪਿਆ ਕਰਦਾ, ਕਹਿੰਦੇ ਉੱਥੇ ਜੇ ਕੰਮ ਸ਼ਾਹ ਜੀ ਹੁਣੇ ਮੰਡੀ ਰਹੇ ਅਸੀਂ 8-10 ਦਿਹਾੜੇ। ਤੁਸੀਂ ਆਖਾ ਨਾ ਬਈਆ ਤੂਤੀਆਂ ਤਾਂ ਮੈਂ ਵਜਾਉਣ ਵਾਸਤੇ ਲੈ ਗਿਆ, ਬੜਾ ਰੁਲਾ ਬੜਾ ਪਾਇਆ, ਆਖਿਆ ਰੁਨਿਆ ਵੀ ਸਹੀ ਸਾਰਾ ਕੁਝ, ਅਤੇ ਉਸ ਵੇਲੇ ਬਿਲਕੁਲ ਮੈਂ ਉਹ ਦੱਬਿਆ, ਬਈ ਵੇਖੋ ਉਹਨਾਂ ਤੂਤੀਆਂ ਨੇ ਤੁਹਾਡੀ ਰੋਟੀਆਂ, ਤੁਹਾਡਾ ਡੇਢ ਬਰਾ। ਹਾਂ, ਡੇਢ ਬਰੇ ਉਸ ਵੇਲੇ ਬਾਲਣ ਦੀ ਸ਼ਾਇਕ ਆਇਆ ਨਾ, ਉਹ ਤੂਤੀਆਂ ਜਿਹੜੀਆਂ ਚਾਹੀਆਂ ਹੋਈਆਂ ਨੇ, ਉਹ ਲੱਕੜ ਦਾ ਕੰਮ ਦਿੱਤਾ ਉਹਨਾਂ, ਕੰਮ ਆ ਗਈਆਂ। ਉਹ ਫਿਰ ਉੱਥੇ 8-10 ਦਿਹਾੜੇ ਰਹੇ। ਠੀਕ ਹੈ, 8-10 ਦਿਹਾੜਿਆਂ ਤੋਂ ਪਿੱਛੇ ਉਹਨਾਂ ਆਖਿਆ ਗੱਡੀ ਲੱਗਣੀ ਹੈ, ਜਿਵੇਂ ਹੁਣ ਬਾਗਾ ਕੁਕਰ ਵਾਲੇ ਹਨ, ਸ਼ੋਰਕੋਟ ਵਾਲੇ ਹਨ, ਪੀਰਕੋਟ ਵਾਲੇ ਹਨ, ਸਧਾਰਨ ਨੰਬਰ ਦੇ ਬੁਲੈਂਦੇ ਹਨ, ਅਤੇ ਉੱਥੇ ਗੱਡੀ ਮਿਲਣੀ ਹੈ ਅਤੇ ਚਣੇ ਵੋਟ ਆਉਣਾ ਹੈ। ਅੱਛਾ, ਸ਼ਾਹ ਜੀ ਹੁਣੇ ਮੰਡੀ 'ਚ ਗੱਡੀ ਆਈ। ਠੀਕ ਹੈ, ਉੱਥੇ ਆਉਣਾ ਚਣੇ ਵੋਟ, ਚਣਿਓਟ ਆਈ ਜ਼ਿਲ੍ਹੇ ਜੰਗ ਦੀ ਤਹਿਸੀਲ। ਜੀ ਹਾਂ ਜੀ ਹਾਂ ਜੀ ਹਾਂ, ਸੁਣਿਆ ਨਾ। ਹਾਂ, ਹੁਣ ਉੱਥੇ ਗੱਡੀ 'ਚ ਬਹਿ ਗਏ ਅਤੇ ਸਾਨੂੰ ਗੱਡੀ ਪਹਿਲੀ ਵਾਰੀ ਅਸੀਂ ਵੇਖੀ ਗੱਡੀ। ਠੀਕ ਹੈ, ਅੱਜ ਗੱਡੀ ਵੇਲੇ ਨਾ ਹੀ ਵੇਖੀ। ਹੁਣ ਉੱਥੇ ਜਿਹੜੇ ਬੈਠੇ ਨਾ, ਬੜੇ ਵੱਡੇ ਵੱਡੇ ਪੈਸਿਆਂ ਲਈ ਅਤੇ ਸਾਰੇ ਲੁੱਟੀ ਪੁੱਟੀ ਅਤੇ ਬਰਾਬਰ ਉਸਦੇ ਰੇਲ ਗੱਡੀ ਬੈਠੇ ਹਨ, ਉਹ ਹੁਣ ਇੱਕ ਦੂਜੇ ਨਾਲ ਜਿਹੜੇ ਹਨ ਨਾ ਛੋਟੇ, ਉਹ ਮਜ਼ਾਕ ਕਰਨ। ਹਾਂ ਬਾਈ, ਕੀ ਹੋਇਆ? ਬਾਬੇ ਇੱਕੋ ਜਿਹੀ ਕਾਰ ਛੋੜੀ, ਇੱਕੋ ਜਿਹਾ ਕਾਰ, ਬਾਬੇ ਇੱਕੋ ਜਿਹੀ ਕਾਰ ਛੋੜੀ, ਇੱਕੋ ਜਿਹਾ ਦਾ ਮਤਲਬ ਸਮਝਿਓ, ਬਰਾਬਰ ਕਰ ਦਿੱਤੇ ਸਾਰਿਆਂ ਨੂੰ, ਸਾਰੇ ਬਰਾਬਰ। ਬਿਲਕੁਲ ਬਿਲਕੁਲ। ਉਹ ਹੁਣ ਚੱਲਦੇ 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 ਚਣਿਓਟ ਆਏ। ਠੀਕ ਹੈ, ਚਣਿਓਟ ਤਹਿਸੀਲ ਆਈ। ਜੀ ਹਾਂ, ਚਣਿਓਟ ਆਏ ਅਤੇ ਉੱਥੇ ਖਾਣ ਦੀ ਕਾਸ਼ਾ ਨਾ, ਹੈਜ਼ਾ ਫੈਲਿਆ ਹੋਇਆ, ਲੋਕ ਜਿਹੜੇ ਨੇ ਪੱਤੇ ਉਬਾਲ ਤੇ ਖਾਧੇ, ਇੰਨਾ ਰਾਸ਼ਨ ਅੱਧੀ ਛਟਾਕ ਰਾਸ਼ਨ ਦੇਵਣ ਫੀ ਆਦਮੀ ਤੇ ਵੀ ਨੀਲਾ ਥੋਥਾ ਮਿਲਾ ਦੇਵਣ। ਅੱਛਾ, ਪਾਣੀ ਜਿਹੜਾ ਹੈ ਉਸ ਵਿੱਚ ਆਸ ਪਾਸ ਜਿਤਨਾ ਹੈ ਉਸ ਵਿੱਚ ਜ਼ਹਿਰ ਮਿਲਾ ਦੇਵਣ, ਇਹ ਮਰ ਵੰਜਣ, ਬਿਮਾਰ ਹੋ ਵੰਜਣ ਅਤੇ ਅੱਗਾ ਨਾ ਜਾਵਣ। ਸਮਝ ਆਏ ਨਾ ਤੁਸੀਂ? ਹੁਣ ਇਹ ਵਿਚਾਰੇ ਉੱਥੇ 8-10-15 ਦਿਹਾੜੇ ਉੱਥੇ ਬੜੀ ਮੁਸ਼ਕਲ ਨਾਲ ਗੁਜ਼ਾਰੇ। ਹੁਣ ਇੱਕ ਦਿਹਾੜੇ ਸਾਡੇ ਕੋਲ ਤਾਂ ਸ਼ਾਇਕ ਆਏ ਨਾ ਖਾਣ ਦੀ, ਮੇਰੀ ਮਾਂ ਜਿਹੜੀ ਹੈ ਇੱਥੇ ਪਹੁੰਚਿਆ 'ਚ ਆਪਣੀਆਂ ਵਾਲੀਆਂ ਅਤੇ ਉਹ ਕੁਝ ਲੁਕਾ ਕੇ ਰੱਖੀਆਂ ਹੋਈਆਂ, ਸੀਤੀਆਂ ਹੋਈਆਂ, ਉਹ ਮੇਰੇ ਬਾਬੇ ਨਾਲ ਦੀ ਹੈ, ਇਹ ਵਾਲੀਆਂ ਨੇ, ਇਹ ਵੇਚ ਕੇ ਅਤੇ ਕੋਈ ਆਟਾ ਲਿਆਓ। ਠੀਕ ਹੈ, ਭੁੱਖ ਮਿੱਟੇ। ਉਹ ਹੁਣ ਜਿਹੜੀਆਂ ਦੋ ਵਾਲੀਆਂ ਜੋ ਛਾਪਾਂ ਜਿਸ਼ਾ ਆਈ ਉਹ ਦਿੱਤੀ, ਉਹ ਲੈ ਗਏ ਅਤੇ ਪਠਾਣ ਵਿੱਚ ਇਹਦੇ ਬੈਠੇ ਹਨ ਬਾਹਰ, ਆਟਾ ਛਾਟਾ। ਠੀਕ ਹੈ, ਘਿਓ ਆਟਾ, ਗੁੜ ਜੋ ਹੁਣ ਮੇਰੇ ਬਾਬੇ ਇੱਕ ਤੋਲੇ ਸੋਨੇ ਦੇ ਬਦਲੇ ਇੱਕ ਸੇਰ ਆਟਾ ਲਿਆ, ਇੱਕ ਤੋਲੇ ਸੋਨੇ ਦੇ ਬਦਲੇ ਇੱਕ ਸੇਰ ਆਟਾ। ਹਾਂ, ਮਜ਼ਬੂਰੀ ਆਈ, ਮਜ਼ਬੂਰੀ ਆਈ, ਭੁੱਖਾ ਮਰਦਾ ਕਿਆ ਨਾ ਕਰਦਾ। ਹੁਣ ਦੋ ਕਿਲੋ ਆਏ ਨਾ, ਦੋ ਤੋਲੇ ਹਨ, ਦੋ ਤੋਲੇ ਦਿੱਤੇ ਅਤੇ ਦੋ ਸੇਰ ਆਟਾ ਲੈ ਕੇ ਆਏ। ਹੁਣ ਮੇਰੀ ਮਾਂ ਜਿਹੜੀ ਹੈ ਰੋਟੀਆਂ ਪਕਾ ਕੇ ਤਵੇ ਦੇ ਉੱਤੇ ਉੱਥੇ ਖਵਾਵਣ ਲੱਗੀ,
ਉਹ ਛੋਟੀਆਂ ਛੋਟੀਆਂ ਗੋਗੀਆਂ ਗੋਗੀਆਂ ਬਈ ਸਾਰਨ ਪੂਰੀਆਂ ਆ ਜਾਣ ਕੋਈ ਰਾਵੇ ਨਾ ਹੁਣ ਮੇਰਾ ਮੈਥੋਂ ਛੋਟਾ ਬੇਰਾ ਮੇਰਾ ਉਹ ਆਖੇ ਜਣੇ ਪਤਾ ਮੇਰੇ ਚਾਚੇ ਨੂੰ ਆਖੇ ਤਾਂ ਮੈਨੂੰ ਸੁਣਾ ਕੇ ਆਖੇ ਪਿਆ ਇਹ ਵੱਡੇ ਵੱਡੇ ਜਿਹੜੇ ਹਨ ਨਾ ਇਹ ਰਾਤੀ ਪੂਰੀਆਂ ਵੱਡੀਆਂ ਵੱਡੀਆਂ ਰੋਟੀਆਂ ਖਾ ਜਾਂਦੇ ਨੇ ਵੱਡੇ ਵੱਡੇ ਵੱਡੀਆਂ ਰੋਟੀ ਖਾ ਜਾਂਦੇ ਨੇ ਅਤੇ ਸਾਡੇ ਵਾਸਤੇ ਗੋਗੀਆਂ ਜਿਹੀਆਂ ਛੋਟੀਆਂ ਛੋਟੀਆਂ ਰੱਖਦੇ ਕਿ ਬਈ ਇਹ ਥੋੜ੍ਹੇ ਖਾਵਣ ਸਾਡੀ ਭੁੱਖ ਹੀ ਨਹੀਂ ਲਾਉਂਦੀ ਮਾਂ ਕੇ ਰੋਵੇ ਸਾਡੇ ਪਿਤਾ ਜੀ ਕੇ ਰੋਵਣ ਗੱਲਾਂ ਉਸ ਗੱਲ 'ਚ ਕਰ ਤਾਂ ਦਿੱਤੀ ਪਰ ਉਹਦਾ ਰਿਜ਼ਲਟ ਨਾ ਵੇਖਿਆ ਕੇ ਨਿਕਲਣਾ ਮੈਂ ਕਹਿੰਦਾ ਨਹੀਂ ਆਪ ਜਿਵੇਂ ਆਟਾ ਲੈ ਕੇ ਆਉਣ ਤਾਂ ਇਵੇਂ ਤਾਂ ਇਵੇਂ ਥੋੜ੍ਹਾ ਹੀ ਹੁੰਦਾ ਵੱਡੇ ਵੱਡੇ ਬੱਚਿਆਂ ਤੋਂ ਬਿਨਾਂ ਵੱਡੇ ਕਿਵੇਂ ਰਹਿ ਸਕਦੇ ਇਹ ਇਹ ਮੇਰੇ ਛੋਟੇ ਬਿਰਾ ਦੀ ਮੈਥੋਂ ਛੋਟਾ ਆਈ ਉਸ ਦੀ ਗੱਲ ਕੀਤੀ ਉਹ ਕਿਹੜਾ ਨਾ ਰੋਣਾ ਉੱਥੇ ਜਿਹੜੇ ਕਈ ਕਈ ਜਿਹੜੇ ਉੱਥੇ ਰਹੇ ਉੱਥੇ ਫਿਰ ਸਾਨੂੰ ਕਾਫਲੇ ਨਾਲ ਬਣਾ ਕੇ ਚੱਲਣਾ ਪਿਆ ਕਾਈ ਗੱਡੀ ਦਾ ਸਾਧਨ ਕੋਈ ਨਹੀਂ ਕੋਈ ਸਾਧਨ ਨਹੀਂ ਲੈਲਪੁਰ ਕੈਂਪ ਤਾਈਂ ਆਏ ਚਨਿਓਟ ਤੋਂ ਚਨਿਓਟ ਤੋਂ ਲੈਲਪੁਰ ਕੈਂਪ ਤਾਈਂ ਪੈਦਲ ਕਾਫਲਾ ਬਣਿਆ ਸਾਡਾ ਕਾਫਲੇ ਦੇ ਵਿੱਚ ਕਈ ਤਾਂ ਸਿੱਖ ਹਨ ਆਸ ਪਾਸ ਦੇ ਜ਼ਿਮੀਂਦਾਰ ਹਨ ਜਿਹਨਾਂ ਕੋਲ ਬੈਲ ਗੱਡੀਆਂ ਹਨ ਉਹਨਾਂ ਦੇ ਕੋਲ ਬੈਲ ਗੱਡੀਆਂ ਅਸੀਂ ਪੈਦਲ ਹੁਣ ਕਾਫਲੇ ਦੇ ਨਾਲ ਚੱਲਣਾ ਕਿ ਰਾਜ ਹੈ ਇਹਦੇ ਨਾਲ ਮਰਦੇ ਪੈਣ ਕੋਈ ਕਿਵੇਂ ਮਰਦਾ ਪਿਆ ਕਿ ਇਹਨਾਂ ਨੂੰ ਉਹ ਮਰਿੰਦੇ ਪੈਣ ਕੋਈ ਇਸ ਤਰ੍ਹਾਂ ਦੋ ਤਿੰਨ ਦਿਨ ਸਾਨੂੰ ਕਾਫਲੇ ਦੇ ਵਿੱਚ ਗੁਜ਼ਾਰਨੇ ਪਏ ਅਤੇ ਕਾਫਲੇ ਦੇ ਅੱਗੂ ਅਤੇ ਪਿੱਛੋਂ ਵਿੱਚੋਂ ਫੌਜੀ ਹਨ ਹਾਂ ਫੌਜੀ ਹਨ ਅਤੇ ਉਹ ਬਲੋਚ ਰੈਜੀਮੈਂਟ ਅਤੇ ਪਠਾਨ ਰੈਜੀਮੈਂਟ ਹੈ ਆਪਣਾ ਹਿੰਦੂ ਦਾ ਕੋਈ ਰੈਜੀਮੈਂਟ ਹੁਣ ਦੋ ਤਿੰਨ ਦਿਨ ਲੱਗ ਗਿਆ ਕਾਫਲੇ ਦੇ ਵਿੱਚ ਸਾਨੂੰ ਚੱਲਦਿਆਂ ਚੱਲਦਿਆਂ ਕੋਈ ਭੁੱਖੇ ਮਰ ਗਿਆ ਅਤੇ ਕੋਈ ਹੈਜ਼ਾ ਅਤੇ ਕੋਈ ਬਿਮਾਰੀ ਨਾਲ ਪਾਣੀ ਕੋਈ ਨਾ ਰਾਹ 'ਚ ਹੋਵੇ ਪਿਆਸੇ ਹੀ ਮਰ ਜਾਵਣਗੇ ਕੋਈ ਰਾਹ ਨਾਲਾ ਨਦੀ ਪਾਉਂਦੀ ਆਈ ਤਾਂ ਉੱਥੋਂ ਕੋਈ ਲਵਣ ਅਤੇ ਜਾਵਣ ਤਾਂ ਉਹ ਮਾਰ ਦੇਵਣ ਹੁਣ ਇਹ ਕਰਦਿਆਂ 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 ਤਿੰਨ ਦਿਨ ਲੱਗ ਗਿਆ ਜੀ ਲੈਲਪੁਰ ਆਵਣ ਤਾਂ ਲੈਲਪੁਰ ਦੇ ਬਹਿਰ ਆਏ ਤਾਂ ਪਤਾ ਲੱਗਾ ਗੋਲੀ ਚੱਲਦੀ ਪਈ ਹੈ ਅੱਛਾ ਉੱਥੇ ਜਿਹੜੇ ਬੈਲ ਗੱਡੀਆਂ ਵਾਲੇ ਨੇ ਇੱਕ ਨੂੰ ਨਾ ਛੱਡਿਆ ਉਹਨਾਂ ਸਾਰਿਆਂ ਨੂੰ ਬੋਲੀ ਨਾਲ ਉਡਾ ਉਡਾ ਕੇ ਮਾਰ ਲੁੱਟ ਪੱਟ ਕੇ ਚੱਲੇ ਗਏ ਹੁਣ ਸਾਡੇ ਵੱਡਿਆਂ ਨੂੰ ਪਤਾ ਲੱਗ ਗਿਆ ਅੱਗਾਂ ਗਿਆ ਉਸੇ ਤਾਂ ਖੈਰ ਕਾ ਨਹੀਂ ਗੋਲੀ ਚੱਲਦੀ ਪਈ ਹੈ ਉਹ ਮਾਰੀ ਪੈਂਦੇ ਨੇ ਸਾਰਿਆਂ ਨੂੰ ਹੁਣ ਇਹ ਪਿੱਛਾ ਬਾਲਾ ਬਣੇ ਹੋਏ ਤਾੜਕਾ ਬਾਗ ਤਾੜਕਾ ਬਾਗ ਆਏ ਮਾਈ ਦੀ ਜੁੱਗੀ ਅਤੇ ਤਾੜਕਾ ਬਾਗ ਇੱਥੇ ਆਈ ਕੈਂਪ ਲੱਗ ਹੋਇਆ ਮਾਈ ਦੀ ਜੁੱਗੀ ਠੀਕ ਹੈ ਮਾਈ ਦੀ ਜੁੱਗੀ ਅਤੇ ਤਾੜਕਾ ਬਾਗ ਮੈਂ ਤੁਹਾਨੂੰ ਦੱਸਿਆ ਏਰੀਏ ਦਾ ਨਾਮ ਹਾਂਜੀ ਹਾਂਜੀ ਉਹ ਸੜਕ ਦੇ ਉੱਤੇ ਆਈ ਉਹਦੇ ਤਾਰਾਂ ਨਾਲ ਲਪੇਟ ਬੜਾ ਵੱਡਾ ਘੇਰਾ ਉਸਦੇ ਵਿੱਚ ਉਹ ਹਾਈ ਆਰ ਐ ਕੈਂਪ ਇਸੇ ਬਰਾਬਰ ਇੱਕ ਸਮਾਨ ਅੰਤਰ ਹੈ ਖਾਲਸਾ ਕੈਂਪ ਜਿੱਥੇ ਸਿੱਖ ਹਨ ਦੋ ਕੈਂਪ ਹਨ ਹੁਣ ਦੋ ਕੈਂਪ ਹਨ ਅਤੇ ਹੁਣ ਭੁੱਖ ਪਿਆਸ ਬੜੇ ਸਤਾਇਆ ਹੋਇਆ ਦੁਪਹਿਰ ਦਾ ਟਾਈਮ ਅਤੇ ਪਿਆਸੇ ਮਰ ਗਏ ਅਤੇ ਉਹਨਾਂ ਕਹਿ ਉਹ ਆਇਆ ਉਹ ਆਇਆ ਉਹ ਆਇਆ ਸਾਡੇ ਵੱਡੇ ਕਰਿੰਦੇ ਕਰਿੰਦੇ ਨਾ ਸਾਨੂੰ ਹੌਸਲਾ ਦਿੰਦੇ ਦਿੰਦੇ ਬਾਹਰ ਦੇ ਕੋਲੋਂ ਆ ਕੇ ਬਹਿ ਗਏ ਇਤਨੀ ਹਿੰਮਤ ਨਾ ਰਹੀ ਕਿ ਅੱਗਾਂ ਜਾਵਣ ਦੀ ਉਹ ਦੇਵ ਯੋਗ ਵਿੱਚ ਐਸਾ ਹੋਇਆ ਸਾਡੇ ਗਾਮ ਦੇ ਬੱਤਰਿਆਂ ਨੂੰ ਮੂਲ ਚੰਦ ਭਗਵਾਨ ਦਾਸ ਬੱਤਰਾ ਇਹ ਕੈਂਪ ਦੇ ਵਲੰਟੀਅਰ ਬਣੇ ਹੋਏ ਹਨ ਉਹ ਜੇ ਕੈਂਪ ਦੀ ਰੱਖਿਆ ਕਰਦੇ ਨਾ ਜਿਹੜੇ ਅੰਦਰ ਕੈਂਪ ਤਾਂ ਬਣੇ ਹੋਇਆ ਹੈ ਉਹ ਘੁੰਮਦੇ ਵਧੇ ਹਨ ਅਤੇ ਉਹਦੀ ਨਜ਼ਰ ਵਗ ਗਈ ਸਾਡੇ ਬਾਬੇ ਦੇ ਉੱਤੇ ਨਜ਼ਰ ਵਗ ਗਈ ਅਤੇ ਸਾਡੇ ਪਿਤਾ ਜੀ ਵੀ ਪਗੜੀ ਬਣੇ ਹੁੰਦੇ ਹਨ ਸਾਡਾ ਦਾਦਾ ਹੀ ਪਗੜੀ ਬਣੇ ਹੁੰਦਾ ਹੈ ਉਸ ਦੀ ਨਜ਼ਰ ਵਗ ਗਈ ਉਹਦਾ ਪੰਡਿਤ ਜੀ ਉਹਨਾਂ ਕਿਹਾ ਮੂਲ ਚੰਦ ਭਗਵਾਨ ਦਾਸ ਜਾਣੇ ਹਾਂ ਜਾਣੇ ਬਾਈ ਗੱਲ ਇਹ ਜਾਂ ਤਾਂ ਸਾਨੂੰ ਪਾਣੀ ਲਿਵਾ ਦੇ ਪਾ ਦੇ ਨਹੀਂ ਤਾਂ ਸਾਡੇ ਸਾਰੇ ਮਰਦੇ ਪੈਣਗੇ ਅੱਛਾ ਉਸ ਅੱਗੇ ਇੱਥੇ ਨਾਲ ਆ ਕੇ ਤਾਰਾਂ ਦੇ ਬਹਿ ਜਾ ਉਹ ਗਿਆ ਪਤਾ ਨਹੀਂ ਕਿਦੋਂ ਪਾਣੀ ਲਿਆਇਆ ਉਹ ਲਿਆਇਆ ਗਏ ਇੱਕ ਲੋਟਾ ਭਰ ਕੇ ਉਸੇ ਪਹਿਲੇ ਤਾਂ ਸਾਡੇ ਬਾਬਿਆਂ ਨੂੰ ਵਿੱਚੋਂ ਪਕੜਾਇਆ ਉਸ ਇਹ ਪਕੜ ਲਓ ਅਤੇ ਅੱਗਾਂ ਦੀ ਬਾਅਦ ਗੱਲ ਕਰਾਂਗੇ ਪਹਿਲੇ ਪਾਣੀ ਲਓ ਛੋਲੇ ਦਿੱਤੇ ਅਤੇ ਉਸ ਗੁੜ ਦਿੱਤਾ ਠੀਕ ਹੈ ਉਹ ਸਾਡੇ ਵੱਡਿਆਂ ਪਹਿਲੇ ਸਾਨੂੰ ਬਾਲਾਂ ਨੂੰ ਪਵਾਇਆ ਉਹਨੇ ਪਿੱਛੇ ਜੋ ਬੱਚਾ ਆਪ ਹੀ ਤਲਣ ਉਸ ਬੱਚੇ ਉਸਨੂੰ ਕਿਹਾ ਉਹਨੇ ਹੋਰ ਉਸ ਅੱਗੇ ਹੁਣ ਤੁਹਾਨੂੰ ਮੈਂ ਅੰਦਰ ਵੜਿਆ ਨਾ ਅੰਦਰ ਹੀ ਨਹੀਂ ਵੜਿਆ ਨਾ ਜਿਹੜੇ ਕੋਈ ਨਾ ਸੀ ਤੁਸੀਂ ਇਹ ਸਮਝ ਲਓ ਮੈਂ ਤਾਰ ਚਾਸਾਂ ਤਾਂ ਤੁਸੀਂ ਸਾਰੇ ਅੰਦਰ ਆ ਜਾਣਾ ਉਹ ਕੈਂਪ ਦੇ ਵਿੱਚ ਆ ਜਾਣਾ ਬਾਕੀ ਉਦੋਂ ਚੱਕਰ ਕੱਟ ਕੇ ਆਉਣਾ ਪੈਣਾ ਉਦੋਂ ਗੋਲੀਆਂ ਚੱਲੀਆਂ ਪਈਆਂ ਉਹ ਸਾਨੂੰ ਪਿੱਛੋਂ ਅੰਦਰ ਵਾੜਿਆ ਆਪਣੇ ਹੰਤ ਤਾਂ ਅੰਦਰ ਵਾੜਿਆ ਬਾਕੀ ਇੱਥੇ ਹਜ਼ਾਰਾਂ ਆਦਮੀਆਂ ਨੂੰ ਕੌਣ ਵੜ ਸਕਦਾ
ਉਹਨਾਂ ਦਾ ਰਵਾੜਿਆ ਸਾਡੀ ਜਾਨ ਬਚ ਗਈ, ਬਾਕੀ ਉੱਥੇ ਕਈ ਲਾਸ਼ਾਂ ਖਿੰਡ ਗਈਆਂ ਮਾਰੀਆਂ ਗਈਆਂ। ਸਾਡੇ ਪਿੱਛੋਂ ਪਠਾਨ ਲੱਗੇ ਮੁਸਲਮਾਨ ਲੱਗੇ ਹੋਏ ਹਨ, ਸਿਆਲ ਆਮੂ ਸਿਆਲ ਆ ਜਾ ਉਹਦਾ ਨਾਂ, ਆਮੂ ਸਿਆਲ ਉਹ ਬੜਾ ਖਤਰਨਾਕ ਆ ਜਾ ਉਹਦਾ, ਹਿੰਦੂ ਬਚ ਕੇ ਨਹੀਂ ਜਾਣਾ ਚਾਹੀਦਾ। ਅੱਛਾ। ਅਤੇ ਹੁਣ ਕੈਂਪੇ 'ਚ ਉੱਥੇ ਰਹੇ ਅਸੀਂ 15-20 ਦਿਹਾੜੇ। ਠੀਕ ਹੈ। 15-20 ਦਿਹਾੜੇ ਰਹੇ ਅਤੇ ਉੱਥੇ ਅਸੀਂ ਤਾਂ ਬਾਹਰ ਆਸੇ, ਅਸੀਂ ਤਾਂ ਖੁਸ਼ ਜਿਹਦੇ ਵਜੀਏ ਜਿਹਦੇ ਵਜੀਏ, ਪਰ ਬਾਹਰ ਨਾ ਜਾਣ ਦਿੰਦੇ, ਪਰ ਅਸੀਂ ਬੱਚੇ ਕਰਕੇ ਵਗ ਵਜੀਏ। ਅਤੇ ਉਹਦੇ ਆਏ ਨਾਲ ਮੰਡੀ, ਸਬਜ਼ੀ ਮੰਡੀ, ਫਲ ਫਰੂਟ ਦੀ ਮੰਡੀ, ਅੰਗੂਰਾਂ ਅਤੇ ਪਿੰਡ ਆਏ ਅਤੇ ਖਜੂਰਾਂ ਨੇ ਵਿਕਦੀਆਂ। ਹੁਣ ਮੇਰਾ ਚਾਚਾ ਅਤੇ ਮੈਂ ਅਸੀਂ ਵਗ ਗਏ, ਉਸ ਵੱਡਿਆਂ ਨੂੰ ਪਤਾ ਹੀ ਕੋਈ ਨਾ। ਅੱਛਾ। ਹੁਣ ਅਸੀਂ ਵਗ ਗਏ ਉੱਥੇ, ਬਾਈ ਕਿਸੇ ਕੋਲੋਂ ਸੇਬ ਲਵੀਏ, ਕਿਸੇ ਕੋਲੋਂ ਅੰਗੂਰ ਲਵੀਏ, ਬਾਈ ਭੁੱਖ ਲੱਗੀ ਹੋਈ ਉਹ ਦੇਵਣ। ਹੁਣ ਅਚਾਨਕ ਇੱਕ ਕੋਥਲੀ ਡਿੱਗੀ ਪਈ, ਕਿੱਥੇ ਥੈਲੀ ਮੰਡੀ ਦੇ ਵਿੱਚ। ਅੱਛਾ। ਉਹ ਮੈਂ ਚਾਹੀ, ਮੈਂ ਚਾਹੀ ਤੋ ਚੰਗੀ ਬਾਹਰੀ ਸਿੱਕਿਆਂ ਨੂੰ, ਸਿੱਕਿਆਂ ਨੂੰ ਜਾਂ ਨੋਟਾਂ ਜਾਂ ਕੁਝ, ਮੈਂ ਕਿਹਾ ਵੇਖੀ ਥੋੜ੍ਹੀ, ਮੈਂ ਕਿਹਾ ਚਾਚਾ ਇਹ ਕਰਿਆ ਕਾਸ਼ਾ ਖਾਣ ਦੀ ਲੈਂਦੇ ਹਾਂ, ਇਹ ਮੇਰੇ ਕੋਲ ਥੈਲੀ। ਉਸ ਮੈਨੂੰ ਸਾਨੂੰ ਵੇਧਾ ਪਿਆ ਸੀ ਕੋਈ। ਓਹੋ। ਅੱਛਾ। ਸਾਨੂੰ ਕੋਈ ਵੇਧਾ ਪਿਆ ਹੀ ਚਹਿ ਲਿਆ, ਅਸੀਂ ਡਲਾਂ ਦਾ ਸਾਡਾ ਤਾਂ ਮਨ ਖਰਾ ਸੀ ਬਈ ਅਸੀਂ ਕਾਸ਼ਾ ਖਾਣ ਦੀ ਲੱਭਣੀ ਹੈ। ਉਹ ਅੰਗੂਰ ਵਾਲੇ ਕੋਲ ਗਏ, ਬਈ ਅੰਗੂਰ ਕਿਵੇਂ ਕਿਹ ਬਾ ਦਿੱਤੇ ਨੇ, ਉਸ ਜਪੱਟਾ ਮਾਰ ਤੇ ਸਾਡੇ ਕੋਲ ਕੋਥਲੀ ਖੋਲ ਲਿਆ। ਜਿਹੜੇ ਬੰਦਾ ਵੇਧਾ ਪਿਆ ਹੀ ਆ ਅੰਗੂਰ ਵਾਲੇ ਨੇ, ਜਿਹੜੇ ਵੇਧਾ ਪਿਆ ਪਿੱਛੋਂ ਆ ਕੇ ਜਪੱਟਾ ਮਾਰ ਲਿਆ। ਠੀਕ ਹੈ। ਕੋਥਲੀ ਖੋ ਗਈ। ਹੁਣ ਉਸਨੂੰ ਪਤਾ ਲੱਗਾ ਜਿਹਦੀ ਕੋਥਲੀ ਡੱਠੀ ਆਈ। ਠੀਕ ਹੈ। ਉਹ ਸਾਨੂੰ ਘੇਰ ਲਿਆ। ਅੱਛਾ। ਜਾਣੀ ਕੋਥਲੀ ਤੁਹਾਨੂੰ ਲੱਭੀ ਆਈ। ਹਾਂ ਲੱਭੀ ਆਈ। ਕਿੱਥੇ? ਜਾਣੀ ਖੋ ਲਈਏ, ਕਿਸੇ ਖੋ ਲਈਏ, ਕਿਸੇ ਖੋ ਲਈਏ। ਹੁਣ ਇਹੀ ਆਖਣਾ ਜਿਹੜਾ ਹੈਗਾ ਸੀ ਇਸ ਕੋਲ ਕਾਸ਼ਾ ਲੰਮਣ ਆਇਆ ਸੀ, ਉਸ ਤੋਂ ਪਹਿਲ ਕੋ ਖੋਲ ਤੋਂ ਵੱਗ ਗਿਆ। ਹੁਣ ਉਹ ਆਖੇ ਨਹੀਂ ਤੁਹਾਡੇ ਕੋਲ, ਉਹ ਸਾਨੂੰ ਦੋਹਾਂ ਨੂੰ ਪਕੜ ਲਿਆ ਅਤੇ ਉਸ ਚਾਰ ਪੰਜ ਹੋਰ ਮੁਸਲਮਾਨ ਮਿਲ ਗਏ, ਉਹ ਸਾਨੂੰ ਵੱਖਰਾ ਲੈ ਤੋਂ ਵੰਜਣ ਲੱਗੇ। ਅੱਛਾ। ਬਈ ਇਹਨੂੰ ਕੱਢ ਕੇ ਅਤੇ ਲੈ ਬੈਂਦੇ ਹਾਂ। ਠੀਕ ਹੈ। ਹੁਣ ਅਸੀਂ ਰੋਵੀਏ ਰੋਵੀਏ ਅਤੇ ਇਤਨੇ ਤਾਈਂ ਉੱਥੇ ਗੋਰਖਾ ਕੁਛ ਹਨ, ਉਹ ਫੌਜ ਜਿਹੜੇ ਰਹਿੰਦੇ ਨੇ ਵਲੰਟੀਅਰ ਵੇਖਣ ਵਾਲੇ, ਅਤੇ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੂੰ ਉਹ ਆ ਗਿਆ, ਉਹਨਾਂ ਨੂੰ ਮਰਿਓ ਉਹਨੇ ਕੁੱਟਿਓ ਉਹਨੇ, ਅਤੇ ਭੱਜ ਜਾਓ ਇੱਥੋਂ, ਸਾਨੂੰ ਛੁਡਾ ਕੇ ਅੰਦਰ ਕੰਮ ਪੈ ਲਿਆ। ਚਾਚਾ ਕਿੰਨਾ ਵੱਡਾ ਆਈ? ਮੈਥੋਂ 2-3 ਸਾਲ ਵੱਡਾ। ਅੱਛਾ। ਬਸ ਯਾਨੀ ਕਿ ਤੁਸੀਂ 11-12 ਸਾਲਾਂ ਦੇ ਦਿੱਤੇ ਉਹ ਵੀ। ਹਾਂ ਬਾਈ ਜੀ। ਠੀਕ ਹੈ। ਹੁਣ ਉਹ ਪਕੜ ਕੇ ਸਾਨੂੰ ਕੰਪ ਦੇ ਛੋੜਿਓ, ਸਾਡੇ ਘਰ ਲਿਆਇਆ, ਬਾਈ ਇਹਨਾਂ ਨੂੰ ਬਾਹਰ ਨਾ ਜਾਮਣ ਲਿਆਉਣਾ, ਨਹੀਂ ਤਾਂ ਇੰਨਾ ਮਾਰਵਾ ਇੰਨਾ ਹੀ ਆ ਜਾ। ਸੁਣੇ? ਅਤੇ ਇਸ ਤਰ੍ਹਾਂ ਫਿਰ ਕਰਦਿਆਂ ਕਰਦਿਆਂ ਲਾਇਲਪੁਰ ਕੰਪ ਦੇ ਵਿੱਚ ਅਸੀਂ 15-20 ਦਿਹਾੜੇ ਰਹੇ ਹਾਂ। ਠੀਕ ਹੈ। ਉੱਥੇ ਵੀ ਹੈਜ਼ਾ ਅਤੇ ਬਿਮਾਰੀ ਬੜੀ ਫੈਲੀ ਹੋਈ, ਅਤੇ ਹੁਣ ਉੱਥੋਂ ਗੱਡੀ ਮਿਲਣੀ ਆਈ। ਗੱਡੀ ਤੋਂ ਪਹਿਲੋਂ ਉਹਨਾਂ ਮੁਸਲਮਾਨਾਂ ਆਮੂ ਸਿਆਲ ਜਿਹੜਾ ਉੱਥੋਂ ਕੈਂਪ ਤਾਈਂ ਆ ਗਿਆ। ਉੱਥੇ ਕੈਂਪ ਦੇ ਵਿੱਚ ਸਾਡੇ ਫੁੱਫੀ ਆਈ ਜਿਹੜੀ ਬ੍ਰਹਮਦ ਕੋਟ ਵਾਲੀ, ਉਹਦੇ ਬਾਲ ਬੱਚੇ ਸਾਰਾ ਪਰਿਵਾਰ ਸਾਡਾ ਫੁੱਫੜ ਜੀ ਉੱਥਾਂ ਹੀ ਕੈਂਪ 'ਚ ਆਏ। ਮਿਲਦੇ ਜੁਲਦੇ ਵੇਖਿਆ ਉਹਨਾਂ ਦਾ ਵੱਖਰਾ ਹੀ ਕੈਂਪ, ਸਾਡਾ ਵੱਖਰਾ ਕੈਂਪ ਆਈ ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਡੇਰਾ ਲੱਗਾ ਹੋਇਆ ਸੀ। ਅਤੇ ਹੁਣ ਅਚਾਨਕ ਕੀ ਹੋਇਆ, ਰਾਤ ਦਾ ਟਾਈਮ, ਕੋਈ ਐਸੀ ਰੋਸ਼ਨੀ ਛੁੱਟੀ ਜਿਹੜਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਅੱਛਾ ਜੀ। ਅਤੇ ਮੁਸਲਮਾਨ ਫੌਜ, ਠੀਕ ਹੈ, ਮੁਸਲਮਾਨ ਫੌਜ ਆਖਿਆ ਸੌ ਜਾਓ, ਖਤਰਾ ਖਤਰਾ ਖਤਰਾ, ਤਾਂ ਪੱਗੜੂ ਦਾੜ ਜਿਹੜੀ ਉਹ ਸਿਰ ਕੱਟੀ ਜਾਂਦੀ ਆ। ਠੀਕ ਹੈ। ਸਮਝੇ ਨਹੀਂ? ਸਾਨੂੰ ਤਾਂ ਆਖਣ ਥੰਮੇ ਜਾਓ ਪੁਲਿਸ ਵਾਲੇ, ਅਤੇ ਮਗਰੂ ਉਹ ਸਿਰ ਕਟਾਵਾਂ ਨਾ ਲੈ। ਹੁਣ ਸਾਡੇ ਜਿਹੜੇ ਫੁੱਫੇ ਦੇ, ਜਿਵੇਂ ਵੇਖਿਆ ਤਾਂ ਨਹੀਂ ਅਸੀਂ, ਜਿਵੇਂ ਸੁਣਿਆ, ਜਿਹੜੇ ਫੁੱਫੇ ਸਾਡੇ ਸਾਰਾ ਪਰਿਵਾਰ ਕੱਟੀ ਗਿਆ। ਠੀਕ। ਸਾਡਾ ਫੁੱਫੜ ਬੱਜ ਕੇ ਪੇੜ ਉੱਤੇ ਚੜ ਗਿਆ, ਉਹ ਬਚ ਗਿਆ। ਠੀਕ ਹੈ। ਅਤੇ ਜਦ ਸਾਡੇ ਕੋਲ ਆਉਣ ਲੱਗੇ, ਸਾਡੇ ਪਿਤਾ ਜੀ ਨੇ ਵੇਖਿਆ ਸਿਰ ਪੱਟ ਕੇ, ਬਈ ਇਹ ਤਾਂ ਵੱਡੀ ਵਹਿੰਦੇ ਨੇ ਅਤੇ ਅਸੀਂ ਇੱਥੇ ਸੁੱਤੇ ਪਏ ਹਾਂ। ਉਹਨਾਂ ਅੱਗੇ ਬਾਈਆ ਜੀ ਸਾਡੇ ਬਾਬੇ ਨੂੰ ਅਖੇ ਉੱਠੀਓ ਅਤੇ ਵੱਜੋ। ਉਹਦਾ ਮੇਰੀ ਸਾਡੀ ਬਾਂਹ ਪਕੜੀ ਅਤੇ ਛੋਟਾ ਬਿਰਾ ਦੋ ਅੰਬਰ ਅਤੇ ਰੇਖੀ ਗਏ, ਰੇਖੀ ਗਏ, ਅਸੀਂ ਤਰੇ ਬਿਰਾ ਸੀ ਉੱਥੇ। ਉਹਨਾਂ ਪਕੜ ਕੇ ਚਾਹ ਕੇ ਸਾਡੇ ਮੁੱਢ ਚਾਹ ਲਿਆ ਅਤੇ ਵੱਜ ਹੋ ਗਏ ਅੰਦਰ ਹੀ ਅੰਦਰ, ਬੀੜ ਦੇ ਅੰਦਰ
ਬਈ ਕਿਵੇਂ ਬਚ ਜਾਈਏ, ਬੇਡੋ ਚਾਲ ਕਿਵੇਂ ਆਉਂਦੀ ਪਈ ਉਸ ਦੇ। ਹੁਣ ਕੰਬਲ ਉਡਿਓ ਜਾ ਮੇਰੇ ਦਾਦੇ ਨੇ ਇਹ ਗੋਲੀ ਲੱਗੀ, ਉਹ ਕੰਬਲ 'ਚੋਂ ਪਾਰ ਹੋ ਗਈ, ਮੇਰਾ ਬਾਬਾ ਬਚ ਗਿਆ। ਅੰਦਰ ਜਲ ਗਏ, ਉੱਤੇ ਤਹਿਸੀਲ ਆਈ, ਉਹ ਪਤਾ ਨਹੀਂ ਤਹਿਸੀਲ ਆਈ ਜਾਂ ਕੀ ਆਈ, ਦਫ਼ਤਰ ਆਈ ਕੋਈ ਬੜਾ ਵੱਡਾ। ਉੱਥੇ ਸਾਡੇ ਪਿਤਾ ਜੀ ਨੇ ਸਾਡੇ ਬਾਬੇ ਨੇ ਸਾਨੂੰ ਚਾਹ ਕੇ ਅਤੇ ਭੀੜ ਦੇ ਵਿੱਚ ਸੱਟੇ, ਇਹ ਤੋਂ ਬਚ ਵੰਜਣ, ਠੀਕ ਹੈ, ਇਹ ਤੋਂ ਬਚ ਵੰਜਣ, ਬਾਕੀ ਆਪ ਬਾਹਰ ਖਲੋਤੇ ਰਹੇ ਭੀੜ ਦੇ ਵਿੱਚ। ਗੋਲੀਆਂ ਤੜਾ ਤਲ ਚੱਲਦੀਆਂ ਪਈਆਂ, ਤੜਾ ਤਲ ਗੋਲੀਆਂ ਚੱਲ ਰਹੀਆਂ, ਗੋਲੀਆਂ ਚੱਲੀਆਂ 2-3 ਘੰਟੇ। ਹੁਣ ਸਵੇਰ ਹੋ ਗਈ, 4-3 ਵਜੇ ਗੋਲੀਆਂ ਖਤਮ ਹੋਈਆਂ। ਹੁਣ ਟੱਕਾਂ ਦੀ ਭੀੜ ਲੱਗ ਗਈ, ਜਿਹੜੇ ਮਰ ਗਏ ਜਾਂ ਨਾ ਮਰੇ ਅੱਧ ਕਚਰੇ, ਉਹਨਾਂ ਨੂੰ ਭਰ ਭਰ ਕੇ ਦਰਿਆਵਾਂ ਵਿੱਚ ਸੱਟ ਕੇ ਉਹ ਮੁਸਲਮਾਨ ਆ। ਅੱਛਾ, ਸਮਝ ਆਈ ਨਾ ਗੱਲ? ਉਹ ਫਿਰ ਉਸ ਵੇਲੇ ਕੀ ਹੋਇਆ ਕਿ ਸਾਨੂੰ ਉਸ ਵੇਲੇ ਫੋਨ ਕੀ ਗਿਆ, ਬਾਈ ਮਰਦੇ ਪੈਣ ਕੰਪੇ 'ਤੇ ਗੋਲੀਆਂ ਚੱਲ ਗਈਆਂ, ਉੱਥੇ ਕਈ ਹਜ਼ਾਰਾਂ ਮਰ ਗਏ ਉਸ ਕੈਂਪਾਂ ਦੇ ਵਿੱਚ। ਉਸ ਕੈਂਪ ਦੇ ਵਿੱਚ ਅਸੀਂ ਹੀ ਆਸੇ, ਇਸ ਤਰ੍ਹਾਂ ਸਾਡੀ ਜਾਨ ਬਚੀ। ਉੱਥੋਂ ਫਿਰ ਜਿਹੜੀ ਗੱਡੀ ਲੱਗੀ ਲੈਲਪੁਰ ਸਟੇਸ਼ਨ ਤੋਂ, ਰਸਤੇ ਦੇ ਵਿੱਚ ਜਿਹੜੇ ਵਹਿੰਦੇ ਪਏ ਸਟੇਸ਼ਨ 'ਤੇ, ਬਟ ਮਾਰ ਮਾਰ ਕੇ ਜਿਹਦੇ ਕੋਲ ਜੇ ਸ਼ਾਇਦ ਦਿੱਤੀ ਵਜੋ ਅਤੇ ਅੱਗਾਂ ਜਾਓ, ਬਟ ਮਾਰ ਪਕੜ ਮਾਰ ਕੇ। ਅੱਛਾ, ਇੱਥੇ ਰੱਖੋ ਅਤੇ ਜਾਓ, ਰੱਖੋ ਅਤੇ ਜਾਓ, ਰੱਖੇ ਅਤੇ ਜਾਓ। ਉਹ ਕੋਈ ਨਾ ਕਿਸੇ ਨੇ ਨਾ ਛੋੜਿਆ, ਸਾਰੇ ਭੁੱਖੇ ਨੰਗੇ ਸਾਰੇ ਜਣੇ ਉਹ ਨਿਕਲ ਕੇ, ਤੂੰ ਕਿੰਨਾ ਕੋਲ ਬਚ ਗਈ ਉਸੇ ਹੁਣ ਕੇ ਪਤਾ ਲੱਗਾ। ਇਸ ਦਾ ਬੁਰੀ ਗਤੀ ਦੇ ਨਾਲ ਸਟੇਸ਼ਨ 'ਤੇ ਪਹੁੰਚੇ, ਸਟੇਸ਼ਨ 'ਤੇ ਪਹੁੰਚੇ ਅਤੇ ਗੱਡੀਆਂ 'ਚ ਜਿਹੜੀ ਗੱਡੀ ਅਸੀਂ ਬੈਠੇ, ਉਹ ਗੱਡੀ 3 ਦਿਨ ਰਸਤੇ 'ਚ ਖਲੋਤੀ ਰਹੀ। ਉਸੇ ਕਈ ਭੁੱਖੇ ਮਰ ਗਏ, ਸਾਡਾ ਵਿਰਾਹ ਰਿੱਖੀ ਆਈ, ਉਹ ਮਤਲਬ 2-3 ਸਾਲਾਂ ਦਾ ਹਾਈ, 3-4 ਸਾਲਾਂ ਦਾ, ਪਰ ਉਹਨੂੰ ਹੈਜ਼ਾ ਹੋ ਗਿਆ। ਹੁਣ ਲੋਕ ਆਖੇ ਸੱਟੇ ਇਸਨੂੰ ਬੈਠ, ਸੱਟੋ ਬੈਠ, ਮੇਰੀ ਮਾਂ ਉਹਨੂੰ ਅੰਦਰ ਛੁਪਾ ਛੋੜਿਆ। ਉਹ ਮਾਂ ਮੇਰੀ ਛੁਪਾ ਕੇ ਰੱਖਿਆ, ਮੈਂ ਸੱਟਣਾ ਕੋਈ ਨਹੀਂ, ਜੀਂਦੇ ਨੂੰ ਕੋਈ ਨਹੀਂ ਸੱਟਣਾ। ਉਹ ਕਿਸੇ ਤਰੀਕੇ ਬਚ ਕੇ ਉਹ ਜਿਹੜਾ ਹੈ, ਅਸੀਂ ਉੱਥੋਂ ਲਾਹੌਰ ਆਏ, ਠੀਕ ਹੈ, ਲਾਹੌਰ ਜ਼ਿਲ੍ਹਾ ਆਏ। ਉੱਥੇ ਮਿਲਟਰੀ ਵੀ ਆਈ, ਸਿੱਖ ਜਾਂ ਹਿੰਦੂ ਰਾਜਪੂਤੀ ਹਨ, ਰੈਜੀਮੈਂਟ ਆਈ, ਇਹਦੂ ਗੋਰਖਾ ਰੈਜੀਮੈਂਟ ਆਈ, ਮਰਾਠਾ ਰੈਜੀਮੈਂਟ ਆਈ, ਇਹਦੂ ਮੁਸਲਮਾਨਾਂ ਦੇ ਹਨ। ਉਹ ਇੱਕ ਕਿਸਮ ਦਾ ਮਿਲਿਆ ਜੁਲਿਆ ਸਥਾਨ ਹੋ ਗਿਆ, ਲਾਹੌਰ ਜੋ ਆ ਗਿਆ। ਹਾਂ, ਲਾਹੌਰ ਆ ਗਿਆ, ਉੱਥੇ ਮਿਲਿਆ ਜੁਲਿਆ ਸਥਾਨ ਆਏ, ਉੱਥੇ ਕੋਈ ਖਤਰਾ ਨਾ ਆਏ, ਠੀਕ ਹੈ। ਉੱਥੇ ਨਰਸਾਂ ਅੰਗਰੇਜ਼ਾਂ ਅੰਗਰੂਜ਼ਾਂ ਦੇ ਵਧਿਆ ਹਨ, ਯੂਨੀਅਨ UNO ਦੇ ਹਨ। ਫਿਰ ਸਾਡੇ ਜਿਹੜਾ ਲੈ ਗਿਆ ਸਟੇਸ਼ਨ ਦੇ ਉੱਤੇ, ਠੀਕ ਹੈ, ਲਾਹੌਰ ਸਟੇਸ਼ਨ 'ਤੇ ਜੀ। ਉੱਥੇ ਅਸੀਂ 3 ਦਿਨ ਰਹੇ ਹਾਂ, ਠੀਕ ਹੈ, ਖੂਬ ਮੌਜ ਮਸਤੀ ਆਰਾਮ ਨਾਲ ਰਹੇ ਹਾਂ ਉੱਥੇ। ਉਹਦੀ ਤਬੀਅਤ ਠੀਕ ਹੋ ਗਈ ਆਈ? ਹਾਂ, ਉਹ ਬਿਰਾ ਮੇਰਾ ਠੀਕ ਹੋ ਗਿਆ ਛੋਟੇ। ਹਾਂ, ਉਹ ਸ਼ੁਕਰ ਹੈ, ਉਹ ਠੀਕ ਹੋ ਗਿਆ। ਅਤੇ ਉੱਥੇ ਅਸੀਂ 3 ਦਿਨ ਸਟੇਸ਼ਨ 'ਤੇ ਰਹੇ ਹਾਂ। 3 ਦਿਨ ਸਟੇਸ਼ਨ ਦੇ ਉੱਤੇ ਸਾਨੂੰ 4th day ਲਾਰੀਆਂ ਲੱਗ ਗਈਆਂ, ਲਾਰੀਆਂ ਜੀ, ਲਾਰੀਆਂ ਛੱਡਦੇ ਹਨ, ਬਾਪ ਦੇ ਇੰਜਨ ਹੁੰਦੇ ਹਨ, ਕੋਲੇ ਨਾਲ ਉਹ ਚੱਲਦੀਆਂ ਹਨ, ਅੱਗੋਂ ਕੋਲੇ ਨਾਲ ਉਹ ਦੇ ਕੇ, ਡਰਾਈਵਰ ਵੱਖਰਾ, ਕੋਲੇ ਵਾਲਾ ਵੱਖਰਾ ਹੁੰਦਾ, ਅਤੇ ਬਾਡੀ ਵੱਖਰੀ ਆਉਂਦੀ ਹੈ। ਉਹਨਾਂ ਨੂੰ ਲਾਰੀਆਂ ਛੱਡਦੇ ਹਨ, ਲੱਕੜ ਦੀਆਂ ਆਉਂਦੀਆਂ ਹਨ, ਉਸੇ 'ਚ ਬਹਾ ਕੇ ਕਾਨਵਾਈ ਬਣੀ, ਮਤਲਬ 20-25-30 ਲਾਰੀਆਂ ਇਕੱਠੀਆਂ ਕਰਕੇ ਹੁਣ ਜਾਣਾ ਹਿੰਦੁਸਤਾਨ। ਹਿੰਦੁਸਤਾਨ ਦੇ ਵਿੱਚ ਰਸਤੇ ਵਿੱਚ ਅਟਾਰੀ ਬਾਰਡਰ ਉਹ ਪਾਰ ਕੀਤਾ, ਅਤੇ ਰਾਹ ਡਰਦੇ ਡਰਦੇ ਕਿਸੇ ਮੂੰਹ ਜਲੇ ਅਟਾਰੀ ਬਾਹਰ ਪਾਰ ਹਿੰਦੁਸਤਾਨ ਦੀ ਸਰਹੱਦ ਗਏ। ਹਿੰਦੁਸਤਾਨ ਜ਼ਿੰਦਾਬਾਦ, ਪਾਕਿਸਤਾਨ ਬਿੰਦਾਲਾ, ਨਾਰਾ ਮਾਰੋ ਜ਼ੋਰ ਦਾ, ਜਿਨਾ ਕੁੱਤਾ ਚੋਰ ਦਾ। ਓਹ ਮਾਈ ਗੋਡ, ਇਹ ਕਹਾਂ ਬਣੀ ਹੋਈਆਂ ਹਨ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਲੁਧਿਆਣਾ ਆਏ, ਅੰਮ੍ਰਿਤਸਰ ਤੋਂ ਲੁਧਿਆਣਾ। ਲੁਧਿਆਣਾ ਤੋਂ ਫਿਰ ਸਾਨੂੰ ਪਤਾ ਲੱਗਾ ਕਿ ਸਾਡਾ ਗਾਮ ਜਿਹੜਾ ਹੈ, ਅਸੀਂ ਫਿਰ ਲੁਧਿਆਣਾ ਤੋਂ ਆਏ ਕੁਰਸ਼ੇਤਰ, ਇਹਨਾਂ ਜੀਂਦ। ਅੱਛਾ, ਲੁਧਿਆਣੇ ਤੋਂ ਜੀਂਦ ਆਏ, ਕੁਰਸ਼ੇਤਰ ਨਾ ਆਏ? ਪਹਿਲੇ ਕੁਰਸ਼ੇਤਰ ਆਇਓ ਸੋ ਰਸਤਾ। ਹਾਂ ਹਾਂ ਹਾਂ, ਪਹਿਲੇ ਕੁਰਸ਼ੇਤਰ ਆਇਓ, ਕੁਰਸ਼ੇਤਰ ਆਇਓ ਸੋ, ਕਿਉਂਕਿ ਵੱਡਾ ਕੈਂਪ ਨਹੀਂ ਲੱਗਾ। ਹਾਂ, ਪਹਿਲੇ ਕੁਰਸ਼ੇਤਰ ਆਇਆ। ਕੁਰਸ਼ੇਤਰ ਦੇ ਵਿੱਚ ਅਸੀਂ ਜਿਹੜਾ ਹੈ 8-9 ਮਹੀਨੇ ਰਹੇ। ਕੱਟ ਕਰੋ ਜੀ, ਕੈਂਪ ਦੇ ਵਿੱਚ। ਹਾਂਜੀ, ਕੈਂਪ ਦੇ 8-9 ਮਹੀਨੇ।